ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ। ਇੱਕੋ ਤਰ੍ਹਾਂ ਦੀਆਂ ਇੰਟਰਵਿਊਜ਼ ਦੇਖ ਦੇਖ ਕੇ ਤੁਸੀਂ ਹੋ ਚੁੱਕੇ ਹੋ ਬੋਰ, ਤੇ ਤੁਹਾਡਾ ਦਿਲ ਦੇਖਣਾ ਚਾਹੁੰਦਾ ਏ ਕੁਝ ਹੋਰ। ਪਰ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ, ਕਿਉਂਕਿ ਇਹ ਸ਼ੋਅ ਹੈਗਾ ਜੀ ਤੁਹਾਡੇ ਇੰਟਰਸਟ ਦੇ ਮੁਤਾਬਿਕ। ਇੱਥੇ ਚਿੱਟ ਚੈਟ ਦੇ ਨਾਲ ਨਾਲ ਲੱਗਦਾ ਹੈ ਜੀ ਐਂਟਰਟੇਨਮੈਂਟ ਦਾ ਫੁੱਲ ਔਨ ਤੜਕਾ। ਇਸੇ ਕਰਕੇ ਦਾ ਤੁਸੀਂ ਇਸ ਸ਼ੋਅ ਨੂੰ ਕੀਤਾ ਹੋਇਆ ਸੁਪਰ ਹਿੱਟ, ਤੇ ਇਸ ਸੁਪਰ ਹਿੱਟ ਸ਼ੋਅ ਦਾ ਨਾਂ ਹੈ ਜੀ ਪੀਟੀਸੀ ਸ਼ੋਕੇਸ। ਅੱਜ ਪੀਟੀਸੀ ਸ਼ੋਕੇਸ ਦੇ ਵਿੱਚ ਜੋ ਸਾਡੇ ਮਹਿਮਾਨ ਨੇ, ਉਹਨਾਂ ਦੇ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ, ਉਹ ਇੱਕ ਜਿੱਦ ਦੋ ਜਾਨ ਨੇ, ਉਹ ਡੂਇਟ ਗਾਇਕੀ ਦੀ ਸ਼ਾਨ ਨੇ, ਦੋਨੋਂ ਇਕੱਠਿਆਂ ਗੜਵੇਂ ਗੀਤ ਗਾਏ ਜਾਂਦੇ ਨੇ ਤੇ ਪੰਜਾਬੀ 뮤직 ਇੰਡਸਟਰੀ ਵਿੱਚ ਛਾਈ ਜਾਂਦੇ ਨੇ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਜੀ ਬਹੁਤ ਹੀ ਪਿਆਰੀ ਜੋੜੀ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕਹਿਲੇ ਦੀ। ਕਰਦੇ ਆ ਜੀ ਉਹਨਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਕੁਲਵਿੰਦਰ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਸਭ ਵਧੀਆ ਜੀ, ਫਸਟ ਕਲਾਸ। ਸਤਿ ਸ਼੍ਰੀ ਅਕਾਲ ਗੁਰਲੇਜ਼ ਜੀ। ਸਤਿ ਸ਼੍ਰੀ ਅਕਾਲ ਸਰ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪੀਟੀਸੀ ਸ਼ੋਕੇਸ ਦੇ ਵਿੱਚ। ਥੈਂਕ ਯੂ ਸਰ, ਥੈਂਕ ਯੂ। ਤੁਸੀਂ ਹਮੇਸ਼ਾ ਹੀ ਤਰ੍ਹਾਂ ਹੁਣ ਵੀ ਬਹੁਤ ਸੋਹਣੇ ਲੱਗ ਰਹੇ ਹੋ, ਰਾਈਟ? ਸੋ ਗੁਰਲੇਜ਼ ਜੀ, ਤੁਹਾਡੇ ਤੋਂ ਮੈਂ ਸ਼ੁਰੂਆਤ ਕਰਦਾ। ਅੱਜ ਕੱਲ੍ਹ ਦੇ ਸਿੰਗਲ ਦੌਰ ਦੇ ਵਿੱਚ ਆਪਾਂ ਦੇਖਦੇ ਕਿ ਬਹੁਤ ਸਾਰੇ ਟਰੈਕਸ ਸਿੰਗਲ ਆ ਰਹੇ ਨੇ, ਉਸ ਦੇ ਵਿੱਚ ਜੇ ਕਿਸੇ ਸਿੰਗਰ ਨੇ ਆਪਣਾ ਡੂਇਟ ਸੌਂਗ ਹਿੱਟ ਕਰਵਾਉਣਾ ਹੋਵੇ ਤਾਂ ਉਹਦੀ ਪਹਿਲੀ ਚੋਇਸ ਹੁੰਦੀ ਹੈ ਤੁਸੀਂ, ਗੁਰਲੇਜ਼ ਅਖਤਰ। ਠੀਕ ਹੈ, ਤੇ ਇਹ ਡੂਇਟ ਕੁਈਨ ਦਾ ਖਿਤਾਬ ਕਿੰਨਾ ਜੋਇਫੁਲ ਹੈ ਤੇ ਇਸ ਨੂੰ ਸਾਹਮਣਾ ਕਿੰਨਾ ਔਖਾ ਹੈ? ਇੱਕ ਦੌਰ ਆਇਆ ਸੀ ਡੂਇਟ ਦਾ ਪਹਿਲਾਂ ਵੀ, ਉਹ ਵੀ ਜਿੱਦਾਂ ਸਟਾਰਟ ਕੀਤਾ ਸੀਗਾ ਉਹ ਵੀ ਬਹੁਤ ਅੱਛਾ ਸੀਗਾ। ਇਹ ਥੋੜਾ ਟ੍ਰੈਂਡ ਵੀ ਚੇਂਜ ਹੋ ਗਿਆ, ਜਿਹੜੇ ਸਾਡੇ ਯੰਗ ਜਨਰੇਸ਼ਨ ਆ ਰਹੀ ਹੈ ਨਵੇਂ ਮੁੰਡੇ ਗਾਣੇ ਡੂਇਟ ਕਰਦੇ ਨੇ, ਔਰ ਉਹਨਾਂ ਦਾ ਟੇਸਟ ਜਾਂ ਤਾਂ ਇਹ ਕਹਿ ਲਓ ਕਿ ਲਫ਼ਜ਼ਾਂ ਦਾ ਕਹਿੰਦੇ ਆ ਕਿ ਜਿਹੜੇ ਮੈਡਮ ਤੁਸੀਂ ਕਹਿੰਦੇ ਆ ਨਾ ਕਰੋੜ ਕਰੋੜ ਕੇ ਵਰਡ ਕਹਿੰਦੇ ਹੋ ਉਹ ਸਾਨੂੰ ਬੜੇ ਪਸੰਦ ਆ। ਅੱਛਾ ਜੀ। ਤੇ ਜਿੱਦਾਂ ਕਿ ਸਿਰੇ ਦੀ ਰਕਾਰ ਮੈਂ ਟੋਰਾਂਟੋ ਸ਼ਹਿਰ ਦੀ ਤੋਂ ਆਪਾਂ ਗੱਲ ਕਰਦੇ ਆ, ਉਹ ਬਹੁਤ ਅੱਛਾ ਰਿਹਾ, ਬਹੁਤ ਅੱਛਾ ਰਿਸਪੋਂਸ ਰਿਹਾ ਉਹਦਾ। ਉਸ ਤੋਂ ਬਾਅਦ ਫਿਰ 25 ਪਿੰਡ, ਫਿਰ ਸੱਜਣਾ ਵੀ ਸੱਜਣਾ ਸ਼ਰਾਬ ਛੱਡਦੇ, ਫਿਰ ਜਗੀਰਦਾਰ, ਬਹੁਤ ਸਾਰੇ ਜਿੱਦਾਂ ਆਪਾਂ ਟਰੈਕ ਹੁਣ ਹੋਰ ਵੀ ਕੀਤੇ, ਭਾਖੜੇ ਦਾ ਪਾਣੀ, ਗੀਤਾ ਜੈਲ ਦਾ, ਔਰ ਸਕ੍ਰੈਚ ਸਾਡਾ ਦੋਨਾਂ ਦਾ, ਜੀਜਾ ਸਾਲੀ। ਬੇਸ਼ੱਕ ਸਿੰਗਲ ਟਰੈਕ ਦਾ ਯੁੱਗ ਚੱਲ ਰਿਹਾ, ਬਟ ਮੈਨੂੰ ਏਦਾਂ ਲੱਗਦਾ ਕਿ ਮੇਰੀ ਬੈਕ ਟੂ ਬੈਕ ਐਲਬਮ ਹੀ ਆ ਗਈ ਹੈ। ਹਾਂਜੀ, ਤੁਸੀਂ ਕੁਝ ਕਹਿ ਰਹੇ ਸੀਗੇ ਫਿਰ। ਮਤਲਬ ਬਹੁਤ ਅੱਛਾ ਰਿਸਪੋਂਸ ਹੈ, ਆਡੀਅੰਸ ਬਹੁਤ ਪਿਆਰ ਦੇ ਰਹੀ ਹੈ ਸਾਰੇ ਗੀਤਾਂ ਨੂੰ। ਇਹ ਨਹੀਂ ਕਿ ਇਕੱਲਾ ਇੱਕੋ ਹੀ ਗੀਤ ਹਿੱਟ ਹੋਇਆ, ਸਾਰੇ ਗੀਤਾਂ ਨੂੰ ਬੜਾ ਪਿਆਰ ਮਿਲ ਰਿਹਾ, ਤੇ ਇਹ ਸਾਰਾ ਸਰੋਤਿਆਂ ਦਾ ਪਿਆਰ ਹੈ, ਸਰੋਤਿਆਂ ਦਾ ਆਸ਼ੀਰਵਾਦ ਹੈ। ਸੋ ਕਿੰਨਾ ਕਿ ਜੋਇਫੁਲ ਹੈ ਇਹ? ਬਹੁਤ ਜ਼ਿਆਦਾ, ਬਹੁਤ ਮੈਂ ਇੰਜੋਏ ਕਰਦੀ ਆ। ਡੂਇਟ ਦਾ ਯੁੱਗ ਫੇਰ ਆ ਗਿਆ, ਹੈਨਾ, ਸਿਰੇ ਦੀ ਰਕਾਨ ਤੋਂ ਬਾਅਦ। ਔਰ ਇਸ ਇੰਡਸਟਰੀ ਦੇ ਵਿੱਚ ਲੋਕਾਂ ਦੀ ਰਿਸਪੋਂਸਿਬਿਲਿਟੀ ਔਰ ਆਰਟਿਸਟ ਦੀ ਰਿਸਪੋਂਸਿਬਿਲਿਟੀ ਹੈ ਕਿ ਜੋ ਚੀਜ਼ਾਂ ਨੇ ਉਸ ਨੂੰ ਸਾਂਭ ਕੇ ਰੱਖਿਆ ਜਾਵੇ। ਤੁਸੀਂ ਬਹੁਤ ਵੱਡਾ ਰੋਲ ਪਲੇ ਕਰ ਰਹੇ ਹੋ। ਹਾਂਜੀ, ਫਿਰ ਉਸ ਤੋਂ ਬਾਅਦ ਲੱਕੀ ਇਹ ਵੀ ਹੋਗਾ ਕਿ ਅਸੀਂ ਦੋਨੋਂ ਡੂਇਟ ਵੀ ਸਟੇਜਸ ਤੇ ਵੀ ਅਸੀਂ ਲਾਈਵ ਵੀ ਕਰਦੇ ਆ। ਵੈਰੀ ਗੁੱਡ। ਤੇ ਇਸ ਨੂੰ ਸਾਂਭਣਾ ਕਿੰਨਾ ਔਖਾ ਹੈ? ਸਾਂਭਣਾ ਤੁਹਾਡੀ ਰਿਸਪੋਂਸਿਬਿਲਿਟੀ ਹੋ ਜਾਂਦੀ ਕਿਸੇ ਵੀ ਚੀਜ਼ ਲਈ। ਕੋਈ ਵੀ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਹੁੰਦਾ ਕਿ ਇਹਦੇ ਵਿੱਚ ਹੋਰ ਆਪਾਂ ਕੀ ਕਰ ਸਕਦੇ ਆ, ਹੋਰ ਕੀ ਐਡ ਕਰ ਸਕਦੇ ਆ, ਕਿ ਤੁਹਾਨੂੰ ਹੋਰ ਇਹਦਾ ਪਲੱਸ ਪੁਆਇੰਟ ਕੀ ਮਿਲ ਸਕਦਾ, ਤੇ ਬਹੁਤ ਖਿਆਲ ਰੱਖਣਾ ਪੈਂਦਾ। ਹਾਂ, ਕਿਉਂਕਿ ਇਹ ਹੁੰਦਾ ਜੇ ਜਦੋਂ ਤੁਸੀਂ ਸਿੰਗਲ ਟਰੈਕ ਕਰਦੇ ਹੋ ਤਾਂ ਜੇ ਤੁਹਾਡੇ ਤੋਂ ਗਲਤੀ ਹੋ ਵੀ ਜਾਵੇ ਤਾਂ ਤੁਸੀਂ ਆਪਣੇ ਆਪ ਨੂੰ ਬੋਲ ਸਕਦੇ ਹੋ। ਬਿਲਕੁਲ, ਜੋੜੀ ਦੇ ਵਿੱਚ ਤੇ ਤੁਹਾਡੇ ਤੋਂ ਗਲਤੀ ਹੋ ਗਈ, ਫਿਰ ਅਗਲਾ ਵੀ ਬੋਲਦਾ ਤੇ ਖੁਦ ਵੀ ਬੋਲਦਾ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਗਾਣਾ ਜਦੋਂ ਕੋਈ ਲੈ ਕੇ ਆਉਂਦਾ ਨਾ ਸਿੰਗਰ, ਜਿਹਦਾ ਨਵੇਂ ਮੁੰਡੇ ਆ ਰਹੇ ਜੀ, ਤੇ ਉਹ ਜਿੱਦਾਂ ਕਹਿੰਦੇ ਅੱਧਾ ਕੁ ਸਮਾਨ ਲੈ ਆਉਂਦੇ ਆ, ਫਿਰ ਉਹ ਆਪ ਦੱਸਦੇ ਵੀ ਸਾਨੂੰ ਮੈਡਮ ਇਹਦੀ ਕੰਪੋਜੀਸ਼ਨ ਵੀ ਕਰਕੇ ਦਿਓ ਤੇ ਇਹਨੂੰ ਸਾਨੂੰ ਦੱਸੋ ਵੀ ਇਹਨੂੰ ਕਹਿਣਾ ਕਿ ਗਾਣਾ ਆਪ ਲਿਖ ਵੀ ਲਈਦਾ ਆਪ, ਫਿਰ ਉਹਦੇ ਕਿਥੇ ਇਸ ਇਹਦੀ ਜਗ੍ਹਾ ਤੇ ਇਦਾਂ ਨਹੀਂ ਇਦਾਂ ਕਰ ਲਈਏ, ਉਹ ਕੁਦਰਤੀ ਅੱਛਾ ਹੋ ਜਾਂਦਾ। ਇਹੀ ਕਹਿ ਲਓ ਕਿ ਉਹਦੀ ਨਿਗਾਹ ਹੀ ਸਵੱਲੀ ਆ, ਸਰੋਤਿਆਂ ਦਾ ਪਿਆਰ ਆ, ਇਨਸਾਨ ਕੁਛ ਨਹੀਂ ਕਰ ਸਕਦਾ। ਕਾਫੀ ਗਾਣੇ ਆ ਜਿਹੜੇ ਇੱਕਦਮ ਉਹ ਗਾ ਰਹੇ ਔਰ ਇਹਨਾਂ ਨੇ ਉੱਥੇ ਖੜੇ ਖੜੇ ਚੇਂਜ ਕੀਤੇ, ਇਦਾਂ ਕਾਫੀ ਗਾਣੇ। ਵਾਹ ਵਾਹ ਜੀ, ਵਾਹ। ਪਹਿਲਾਂ ਹੀ ਪਤੀ ਆ ਜਿਹੜਾ ਘਰ ਵਾਲੇ ਦੀ ਤਾਰੀਫ ਕਰ ਰਹੇ। ਠੀਕ ਹੈ, ਪਰ ਇਹਨਾਂ ਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਸੋਹਣੀ ਹੈ ਜੀ ਤੇਰੇ ਨਾਲ, ਉਸ ਤੋਂ ਸ਼ੁਰੂਆਤ ਕੀਤੀ ਤੁਸੀਂ, ਸੋ ਉੱਥੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਰਿਹਾ ਸਫ਼ਰ, ਮੈਨੂੰ ਨਹੀਂ ਸੀ ਉਮੀਦ ਵੀ ਜਿਹੜਾ ਸੋਹਣੀ ਹੈ ਗਾਣਾ, ਸਾਰੀ ਐਲਬਮ ਰਿਕਾਰਡ ਹੋ ਗਈ ਸੀ, ਇਹ 8ਵੇਂ ਨੰਬਰ 'ਤੇ ਗਾਣਾ ਰਿਕਾਰਡ। ਵੈਸੇ ਹੀ ਸੁਣਾਇਆ ਸੀ ਮੈਂ ਜੈਦੇਵ ਭਾਅ ਜੀ ਨੂੰ, ਅਤੇ ਉਹ ਕਹਿੰਦੇ ਇਹ ਗਾਣਾ ਕਰੇਂਗੇ ਯਾਰ, ਅਤੇ ਅੱਜ ਦੇਖ ਲਓ ਉਹ ਗਾਣੇ ਨੂੰ 15 ਸਾਲ ਹੋ ਗਏ, 14-15 ਸਾਲ ਹੋ ਗਏ, ਅੱਜ ਵੀ ਅਸੀਂ ਜਿੰਨਾ ਚਿਰ ਉਹ ਸਟੇਜ 'ਤੇ ਗਾਣਾ ਨਾ ਗਏ, ਮੈਂ ਕਈ ਵਾਰੀ ਕੋਸ਼ਿਸ਼ ਕਰਦੇ ਹੁੰਦੇ ਅਸੀਂ ਦੋਨੇ, ਕਿਉਂਕਿ ਉਸ ਤੋਂ ਬਾਅਦ ਅਸੀਂ ਡਿਊਟ ਵੀ ਕੀਤਾ ਉਹਨੂੰ, ਅਤੇ ਉਹ ਫਿਲਮ ਦੇ ਵਿੱਚ ਵੀ ਆਇਆ, ਹਮੇਸ਼ ਨੇ ਵੀ ਗਾਇਆ ਉਹਨੂੰ ਕਰਜ਼ ਮੂਵੀ ਦੇ ਵਿੱਚ। ਅਸੀਂ ਬੜੀ ਕੋਸ਼ਿਸ਼ ਕਰੀ ਦੀ ਵੀ ਹੁਣ ਇਹਨੂੰ 15 ਸਾਲ ਹੋ ਗਏ, ਹੁਣ ਨਵੇਂ ਗਾਣੇ ਹੋਰ ਕਰੀ ਦੇ ਉਹ ਗਾਈਏ, ਬਟ ਨੋ, ਘੱਟੋ ਘੱਟ 2-3 ਵਾਰੀ ਇਹ ਜ਼ਰੂਰ ਫਰਮਾਇਸ਼ ਆਉਂਦੀ ਹੈ, ਅਤੇ ਉਹੀ ਕਾਰਵਾਂ ਪੈ, ਇਹ ਲੋਕਾਂ ਦਾ ਪਿਆਰ ਆ ਵੀ ਇਸ ਗੀਤ ਨੂੰ ਲੋਕ ਗੀਤ ਬਣਾ ਦਿੱਤਾ ਸਾਰਿਆਂ। ਉਹੀ ਮੈਂ ਕਹਿ ਰਿਹਾ ਕਿ ਹੁਣ ਉਹ ਕਾਰਵਾਂ ਹੁਣ ਆਪਾਂ ਇੱਥੇ ਵੀ ਕਰਾਂਗੇ, ਕਿਉਂਕਿ ਉਸ ਗੀਤ ਦੇ ਬਗੈਰ ਸ਼ੋਅ ਅੱਗੇ ਵਧਣਾ ਨੀਗਾ। ਜ਼ਰੂਰ ਜ਼ਰੂਰ, ਠੀਕ ਹੈ ਜੀ, ਲਾਈਨ ਹੋ ਜਾਣੋ ਦੇ ਦਿਓ। ਤੇਰੇ ਨਾਲ ਸੋਹਣਿਆ
ਜਿਦਗਾ ਮੈਂ ਕਮਾਵਾ ਵੇ ਅੱਲਾ ਕਰੇ ਮੈਂ ਮਰ ਜਾਵਾ ਹਾਏ ਵੇ ਰੱਬ ਕਰੇ ਮੈਂ ਮਰ ਜਾਵਾ ਫੁੱਲਾਂ ਜੇ ਦਿਲ ਤੇਰਾ ਕਦੀ ਜੇ ਦੁਖਾਵਾ ਨੀ ਰੱਬ ਕਰੇ ਮੈਂ ਮਰ ਜਾਵਾ ਹਾਏ ਨੀ ਸੱਚੀ ਮੁੱਚੀ ਮੈਂ ਮਰ ਜਾਵਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਇਹੀ ਮਜ਼ਾ ਹੈ ਜੀ ਡੁਇਟ ਸੌਂਗ ਦਾ ਹੈ ਹਾਂਜੀ ਬਿਲਕੁਲ ਇੱਧਰ ਗੱਲ ਦੱਸਣੀ ਤੇ ਨਾਲ ਹੀ ਉਹਦਾ ਆਨਸਰ ਵੀ ਦੇਣਾ ਇਹੀ ਮਜ਼ਾ ਔਰ ਇਸ ਗਾਣੇ ਦੀ ਵਾਕਈ ਖਾਸੀਅਤ ਇਹ ਹੈ ਕਿ ਸਿੰਗਿੰਗ ਰਿਐਲਿਟੀ ਸ਼ੋਜ਼ ਯਾਨੀ ਕਿ ਆਈ ਮੀਨ ਜੋ ਵਾਇਸ ਆਫ ਪੰਜਾਬ ਓਨਲੀ ਸਿੰਗਿੰਗ ਰਿਐਲਿਟੀ ਸ਼ੋਅ ਆਫ ਪੰਜਾਬੀ ਮਿਊਜ਼ਿਕ ਉਸ ਦੇ ਵਿੱਚ ਇਹ ਕੰਟੈਸਟੈਂਟਸ ਬਹੁਤ ਗੀਤ ਗਾਉਂਦੇ ਨੇ ਮੈਨੂੰ ਖੁਦ ਨੂੰ ਕਈ ਵਾਰੀ ਮੈਨੂੰ ਫੋਨ ਆਉਂਦੇ ਆ ਵੀ ਕਈ ਆਰਟਿਸਟ ਮੈਨੂੰ ਕਹਿੰਦੇ ਯਾਰ ਤੇਰਾ ਗਾਣਾ ਸੁਣ ਸੁਣ ਕੇ ਅਸੀਂ ਨਾ ਸਾਡਾ ਤਾਂ ਜਿਹੜਾ ਆਉਂਦਾ ਕਹਿੰਦੇ ਉਹੀ ਤੇਰਾ ਗਾਣਾ ਗਾ ਰਿਹਾ ਜਿਹੜਾ ਆਉਂਦਾ ਉਹੀ ਤੇਰਾ ਗਾਣਾ ਗਾ ਰਿਹਾ ਪਰ ਇਹ ਬੜੀ ਖੁਸ਼ੀ ਹੁੰਦੀ ਹੈ ਕੁਲਵਿੰਦਰ ਤੇ ਗੁਲਰੇਜ਼ ਜੀ ਸਿੰਗਲ ਤੋਂ ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ ਪ੍ਰੋਫੈਸ਼ਨਲੀ ਫਿਰ ਉਸ ਤੋਂ ਬਾਅਦ ਪਰਸਨਲੀ ਇਸ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਜੀ ਜਿਆਦਾ ਮਿਲੇ ਵੀ ਨਹੀਂ ਅਸੀਂ ਕੋਈ ਇਦਾਂ ਇੱਕ ਸ਼ੋਅ ਦੀ ਜੱਜਮੈਂਟ ਸੀਗੀ ਅੱਛਾ ਜੀ ਉੱਥੇ ਅਸੀਂ ਇਕੱਠੇ ਹੋਏ ਸੀ ਓਕੇ ਉਸ ਤੋਂ ਬਾਅਦ ਕੋਈ ਐਸੀ ਗੱਲ ਨਹੀਂ ਸੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਵ ਮੈਰਿਜ ਤੇ ਬਸ ਉੱਥੇ ਮਿਲੇ ਆ ਜਜਮੈਂਟ ਤੇ ਮਿਲੇ ਸੀ ਉਹ ਨਾਮ ਇਹ ਮੈਨੂੰ ਜਾਣਦਾ ਸੀ ਨਾ ਮੈਂ ਗਾਣੇ ਇੱਕ ਦੂਜੇ ਨੂੰ ਕੀਤੀ ਐਜ਼ ਐ ਆਰਟਿਸਟ ਹੈਲੋ ਹਾਈ ਹੋਈ ਹੈ ਬਸ ਅੱਛਾ ਇਹ ਵੀ ਜੱਜ ਨੇ ਅੱਛਾ ਇਹ ਵੀ ਜੱਜ ਨੇ ਇਹ ਸੀਗਾ ਨਾ ਉਹ ਜਿਹੜਾ ਹੁੰਦਾ ਨਾ ਇੱਕ ਰੁਤਬਾ ਜਾ ਅੱਛਾ ਇਹ ਵੀ ਜੱਜ ਆਏ ਨੇ ਠੀਕ ਹੈ ਅਸੀਂ ਕਿੰਨਾ ਚਿਰ ਇੱਥੇ ਬੈਠੇ ਨੇ ਇੱਕ ਦੂਜੇ ਨੂੰ ਬੁਲਾਇਆ ਵੀ ਨਹੀਂ ਅਸੀਂ ਹਾਂ ਨਹੀਂ ਬਸ ਹਾਈ ਕਰਕੇ ਤੇ ਕਿਉਂਕਿ ਫਰਸਟ ਟਾਈਮ ਮਿਲੇ ਸੀਗੇ ਫਿਰ ਇੰਨਾ ਹੁੰਦਾ ਵੀ ਨਹੀਂ ਫਰਸਟ ਟਾਈਮ ਆਪਾਂ ਜਦੋਂ ਮਿਲਦੇ ਆ ਬਿਲਕੁਲ ਜੀ ਬਿਲਕੁਲ ਤੇ ਗਾਣੇ ਇੱਕ ਦੂਜੇ ਨੂੰ ਸੁਣਦੇ ਸੀ ਉਸ ਤੋਂ ਬਾਅਦ ਮੈਂ ਅਮਰੀਕਾ ਟੂਰ ਕਰਨ ਗਈ ਸੀ ਅੱਛਾ ਜੀ ਫਿਰ ਉੱਥੇ ਫੋਨ ਤੇ ਜਦਾਂ ਗੱਲ ਗੁਲ ਹੁੰਦੀ ਸੀ ਅੱਛਾ ਉੱਥੇ ਫਿਰ ਉੱਥੇ ਹਾਂਜੀ ਓਕੇ ਓਕੇ ਅਮਰੀਕਾ ਦਾ ਟੂਰ ਕੀਤਾ ਫਿਰ ਕੈਨੇਡਾ ਚਲੇ ਗਏ ਅੱਛਾ ਕੈਨੇਡਾ ਦਾ ਟੂਰ ਕੀਤਾ ਫਿਰ ਇੰਗਲੈਂਡ ਚਲੇ ਗਏ ਫਿਰ ਮੈਂ ਵਾਪਸ ਆਈ ਫਿਰ ਜੀ ਬਸ ਸਿੱਧੀ ਵਿਆਹ ਦੀ ਗੱਲ ਤੋਂ ਕੀ ਬਾਤ ਹੈ ਪਰ ਇਹ ਜੇ ਮੈਂ ਪੂਰੇ ਐਪੀਸੋਡ ਦੇ ਵਿੱਚ ਗੱਲ ਕਰਾਂ ਜਿਹਨੂੰ ਕਹਿੰਦੇ ਨੇ ਕਿ ਇੱਕ ਇਨਸਾਨ ਦੋਵਾਂ ਦੇ ਵਿੱਚ ਹੁੰਦਾ ਜੋ ਅੱਗੇ ਲੈ ਕੇ ਚੱਲਦਾ ਚੀਜ਼ ਨੂੰ ਹਾਂਜੀ ਤੇ ਤੁਹਾਡੇ ਦੋਵਾਂ ਦੇ ਵਿੱਚ ਕੌਣ ਸੀਗਾ ਕਿ ਜੋ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਿਆ ਜੋ ਚੀਜ਼ ਨਾਲ ਇਹੀ ਸੀਗੇ ਦੇਖੋ ਪਹਿਲਾਂ ਇਸ਼ਾਰਾ ਕਰਤਾ ਕਿ ਮੈਂ ਨਹੀਂ ਪਿੱਛੇ ਸੀਗੇ ਇਹੀ ਪਿੱਛੇ ਸੀਗੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਉਹਨਾਂ ਨੇ ਪਹਿਲਾਂ ਹੀ ਇਸ਼ਾਰਾ ਕਰਤਾ ਇਦਾਂ ਸੀਗਾ ਕਿ ਸਿੱਧੀ ਵੀ ਮੈਰਿਜ ਕਰਵਾਉਣੀ ਹੈ ਹਾਂ ਕੋਈ ਲਵ ਸ਼ਵ ਕੁਝ ਨਹੀਂ ਚੱਲਦਾ ਕੁਝ ਨਹੀਂ ਠੀਕ ਹੈ ਘਰਦਿਆਂ ਨੂੰ ਪੁੱਛੋ ਜੇ ਮੰਨਦੇ ਠੀਕ ਹੈ ਜੇ ਨਹੀਂ ਤਾਂ ਤੁਸੀਂ ਆਪਣੇ ਘਰ ਮੈਂ ਆਪਣੇ ਘਰ ਵੈਰੀ ਗੁੱਡ ਵੈਰੀ ਗੁੱਡ ਬਸ ਸੋ ਉਸ ਤੋਂ ਬਾਅਦ ਫਿਰ ਜੇ ਮੈਂ ਅੱਗੇ ਕਰੀਅਰ ਦੀ ਗੱਲ ਕਰਾਂ ਤੇ ਉਸ ਦੇ ਵਿੱਚ ਕੁਝ ਮਤਲਬ ਔਂਕੜਾਂ ਤਾਂ ਨਹੀਂ ਆਈਆਂ ਬਿਲਕੁਲ ਨਹੀਂ ਜੀ ਬਹੁਤ ਯੋਗਦਾਨ ਆ ਮੇਰੀ ਲਾਈਫ ਦੇ ਵਿੱਚ ਹਨਾ ਕਿਉਂਕਿ ਇਸ ਲਾਈਨ ਦੇ ਵਿੱਚ ਖਾਸ ਕਰਕੇ ਬਹੁਤ ਅੰਡਰਸਟੈਂਡਿੰਗ ਪਾਰਟਨਰ ਬਿਲਕੁਲ ਬਿਲਕੁਲ ਇਹ ਜ਼ਰੂਰੀ ਹੈ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਅੰਡਰਸਟੈਂਡ ਕਰਦੇ ਹਾਂ ਵੈਰੀ ਨਾਈਸ ਵੈਰੀ ਨਾਈਸ ਪਰ ਇਹ ਗੁਰਲੇਜ਼ ਜੀ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਿਆ ਸੰਗੀਤ ਹਨਾ ਸੋ ਇਸ ਸੰਗੀਤ ਨੂੰ ਅੱਗੇ ਤੁਸੀਂ ਕਿਸ ਤਰ੍ਹਾਂ ਪੂਰਾ ਸੰਭਾਲ ਕੇ ਰੱਖਦੇ ਹੋ ਕਿਉਂਕਿ ਜੇ ਮੈਂ ਡੂਇਟ ਸੌਂਗ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਇੱਕ ਮਾਡਰਨ ਅਤੇ ਨਾਲੇ ਨਾਲ ਇੱਕ ਕਲਚਰ ਆਪਣਾ ਉਹ ਵੀ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਪੂਰਾ ਬਰਕਰਾਰ ਰੱਖਣ ਦੇ ਲਈ ਚੈਲੇਂਜਿੰਗ ਨਹੀਂ ਹੋ ਜਾਂਦਾ ਤੁਹਾਡੇ ਲਈ ਕਦੀ ਕਦੀ ਹੋ ਜਾਂਦਾ ਹਾਂਜੀ ਕਈ ਵਾਰੀ ਇੱਦਾਂ ਹੁੰਦਾ ਸਾਹਿਲ ਗਾਣੇ ਕੁਛ ਇੱਦਾਂ ਦੇ ਆ ਜਾਂਦੇ ਆ ਕਿ ਮੈਂ ਛੱਡ ਵੀ ਦਿੰਦੀ ਹਾਂ ਅੱਛਾ ਕਿ ਮੈਂ ਇਹ ਮੇਰੇ ਨਾਲ ਮੇਰੇ ਲੈਵਲ ਦੇ ਨਾਲ ਮੈਚ ਨਹੀਂ ਖਾਂਦੇ ਅੱਛਾ ਜੀ ਲੈਵਲ ਦਾ ਮਤਲਬ ਕਿ ਮੈਂ ਕਰਦੀ ਨਹੀਂ ਹਾਂ ਮੈਂ ਉਦਾਂ ਦੇ ਗਾਣੇ ਕਰਦੀ ਨਹੀਂ ਜਿਹਦੇ 'ਚ ਕੁਛ ਇੱਦਾਂ ਦੇ ਵਰਡ ਆ ਜਾਣ ਕਿ ਮੇਰੇ 'ਤੇ ਕੱਲ੍ਹ ਨੂੰ ਕੋਈ ਉਂਗਲ ਕਰੇ ਹੈ ਨਾ ਕਿ ਗੁਰਲੇਜ਼ ਨੇ ਵੀ ਆਹ ਗਾਤਾ ਅਤੇ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਉਹ ਖਿਆਲ ਰੱਖਦੀ ਹਾਂ ਤੁਹਾਡੀ ਵੀ ਇਸੇ ਤਰ੍ਹਾਂ ਹਾਂਜੀ 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 ਸਾਡੀ ਪੂਰੀ ਤਕਰੀਬਨ ਜੋ ਵੀ ਅਸੀਂ ਹਰ ਚੀਜ਼ ਨੂੰ ਤੁਸੀਂ ਲੈ ਕੇ ਕਹਿ ਸਕਦੇ ਹਾਂ ਵੀ ਅਸੀਂ ਹਰ ਚੀਜ਼ ਦੇ ਵਿੱਚ ਅਸੀਂ ਕੋਈ ਵੀ ਗਾਣਾ ਆਉਂਦਾ ਜਾਂ ਮੇਰੇ ਕੋਲ ਆਉਂਦਾ ਜਾਂ ਇਹਨਾਂ ਕੋਲ ਆਉਂਦਾ ਅਸੀਂ ਉਹਨੂੰ ਡਿਸਕਸ ਕਰਦੇ ਹਾਂ ਡਿਸਕਸ ਕਰਕੇ ਪੂਰਾ ਦੇਖੀਦਾ ਵੀ ਹਾਂ ਇਹ ਠੀਕ ਲੱਗਦਾ ਜਾਂ ਨਹੀਂ ਬਟ ਹੁਣ ਥੋੜ੍ਹਾ ਸਿਸਟਮ ਚੇਂਜ ਹੋ ਗਿਆ ਕਿਉਂਕਿ ਜਿਹੜੇ ਪਹਿਲਾਂ ਤੇ ਨਾਲੋਂ ਤੇ ਹੁਣ ਦੇ ਨਾਲੋਂ ਜਿਹੜੀ ਸ਼ਾਇਰੀ ਹੁਣ ਅਸੀਂ 17 ਸਾਲ ਪਿੱਛੇ ਜਾਈਏ ਸਾਨੂੰ ਮੈਨੂੰ ਵੀ 17 ਸਾਲ ਹੋ ਗਏ ਨਾ ਵੀ 15 16 ਸਾਲ ਬਿਲਕੁਲ ਜੀ ਇਸ ਲਾਈਨ ਦੇ ਵਿੱਚ ਤੇ ਜੇ ਪਿੱਛੇ ਜਾਈਏ ਤੇ ਉਸ ਟਾਈਮ ਦੇ ਨਾਲੋਂ ਹੁਣ ਬਹੁਤ ਜ਼ਿਆਦਾ ਚੇਂਜ ਆ ਲੇਖਣੀ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਹਰ ਚੀਜ਼ ਦੇ ਵਿੱਚ ਹੀ ਹਨਾ ਯੂ ਕੈਨ ਸੇ ਕਿ ਲਾਈਫ ਜਿਹੜੀ ਡਰਾਈਵ ਥਰੂ ਹੋ ਗਈ ਹੈ ਬਿਲਕੁਲ ਪਹਿਲਾਂ ਪਤਾ ਕੈਸਟ ਚੱਲੀ ਜਾਂਦੀ ਸੁਣਨੀ ਹੈ ਜੀ ਸੁਣੋ ਹੁਣ ਤਾਂ ਸਿੱਧਾ ਬਟਨ ਦਬਾਉਣਾ ਅਗਲਾ ਗਾਣਾ ਆ ਜਾਂਦਾ ਕਦੀ ਸੋਚਿਆ ਸੀਗਾ ਉਸ ਟਾਈਮ ਤੇ ਕਿ ਮੈਂ ਇਸ ਮੁਕਾਮ ਤੇ ਪਹੁੰਚ ਜਾਵਾਂਗੀ ਕਿ ਮੈਂ ਇੱਕ ਡੁਇਟ ਸੌਂਗ ਦੀ ਜਾਂ ਡੁਇਟ ਕੁਈਨ ਕਹਾਵਾਂਗੀ ਥੈਂਕ ਯੂ ਤੁਸੀਂ ਇੰਨਾ ਮੈਨੂੰ ਖਿਤਾਬ ਦਿੱਤਾ ਪਹਿਲਾਂ ਤਾਂ ਇਹੀ ਕਹੂੰਗੀ ਕਿ ਇਹ ਜੋ ਵੀ ਆ ਸਾਰਾ ਸਰੋਤਿਆਂ ਦੀ ਬਦੌਲਤ ਹੈ ਤੇ ਮੈਂ ਤਾਂ ਕੁਛ ਨਹੀਂ ਸੋਚਿਆ ਸੀਗਾ ਸਾਹਿਲ ਕੁਛ ਕਰਦੇ ਹਾਲਾਤ ਇੱਦਾਂ ਦੇ ਸੀਗੇ ਕਿ ਮੈਂ ਇਸ ਲਾਈਨ ਦੇ ਵਿੱਚ ਆ ਗਈ ਅੱਛਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਓਕੇ
ਘਰ ਚ ਮੈਂ ਹੀ ਵੱਡੀ ਸੀ ਓਕੇ ਮੈਂ ਮੇਰੇ ਖਿਆਲ ਚ 8th ਵਿੱਚ ਪੜ੍ਹਦੀ ਹੋਊਂਗੀ ਜਦੋਂ ਮੈਂ ਸਟਾਰਟ ਕਰਤਾ ਸੀਗਾ ਪ੍ਰੋਫੈਸ਼ਨਲੀ ਇਹ ਮੇਰੀ ਜਦੋਂ ਪਹਿਲੀ ਐਲਬਮ ਆਈ ਸੀ ਨਾ ਉਦੋਂ ਮੈਂ ਸਕੂਲ ਦੇ ਵਿੱਚ ਸੀ ਅੱਛਾ ਜੀ 2001 ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿੱਦਾਂ ਪਹਿਲਾਂ ਸੁੱਖੀ ਭਾਜੀ ਨਾਲ ਗਾਣਾ ਆਇਆ ਐਲਬਮ ਸੀਗੀ ਉਹ ਪੂਰੀ ਸ਼ਰੀਫ ਮੁੰਡਾ ਉਹਦੇ 'ਚ ਸੀਗਾ ਹੱਸਣਾ ਤਾਂ ਮੇਰਾ ਸੁਭਾਅ ਮੁੰਡਿਆਂ ਮੇਂ ਦਿਲ ਤੇ ਨਾਲ ਫਿਰ ਉਸ ਤੋਂ ਬਾਅਦ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਗੱਭਰੂ ਨੇ ਹਾਂ ਕਰਵਾ ਕੇ ਛੱਡੀ ਫਿਰ ਹਸ਼ਰ ਮੂਵੀ ਦੇ ਵਿੱਚ ਗਾਣੇ ਆਏ ਉਸ ਤੋਂ ਬਾਅਦ ਫਿਰ ਮੇਰੀ ਸੋਲੋ ਐਲਬਮ ਆਈ ਲਾਲ ਕਮਲ ਜੀ ਦਾ ਮਿਊਜ਼ਿਕ ਸੀਗਾ ਅਤੇ ਕਰਮਜੀਤ ਪੁਰੀ ਭਾਜੀ ਦਾ ਸਾਰਾ ਮੈਟਰ ਸੀਗਾ ਉਹ ਵੀ ਬੜਾ ਅੱਛਾ ਰਿਸਪੋਂਸ ਸੀਗਾ ਉਹਦੇ 'ਚ ਇੱਕ ਗਾਣਾ ਸੀਗਾ ਕਿ ਹਾਂ ਮੈਡਮ ਨੇ ਲੈਸਨ ਸੁਣਾਉਣ ਨੂੰ ਵੀ ਮੈਂ ਤੇਰਾ ਲਵ ਲੈਟਰ ਸੁਣਾਤਾ ਭੁੱਲ ਅਤੇ ਬਹੁਤ ਅੱਛਾ ਉਹਨੂੰ ਵੀ ਰਿਸਪੋਂਸ ਮਿਲਿਆ ਫਿਰ ਉਸ ਤੋਂ ਬਾਅਦ ਸੋਲੋ ਦਾ ਯੁੱਗ ਆ ਗਿਆ ਸੀ ਫਿਰ ਸੋਲੋ ਹੀ ਹੋਏ ਮੇਰੇ ਟਰੈਕ ਓਕੇ ਫਿਰ ਹੁਣ ਫੇਰ ਡੋਇਟ ਦਾ ਫੇਰ ਡੋਇਟ ਆ ਗਿਆ ਪਰ ਉਹ ਹਾਂਜੀ ਕੁਝ ਕਹਿੰਦੇ ਇਹ ਕਈ ਵਾਰੀ ਮੈਨੂੰ ਦੱਸਦੇ ਹੁੰਦੇ ਇਹ ਨਾ ਜਿੱਦਾਂ ਡਿਸਕਸ ਕਰਦੇ ਨਾ ਆਪਣੀ ਲਾਈਫ ਬਾਰੇ ਵੀ ਤੁਸੀਂ ਕਿਦਾਂ ਇਹ ਕਹਿੰਦੇ ਵੀ ਮੈਂ ਜਦੋਂ ਗਾਣਾ ਸ਼ੁਰੂ ਕੀਤਾ ਉਦੋਂ ਮੇਰੇ ਗਾਣੇ ਹਿੱਟ ਹੋ ਗਏ ਤੇ ਮੈਂ ਉਦੋਂ ਪੜ੍ਹਨ ਜਾਂਦੀ ਹੁੰਦੀ ਸਾਈਕਲ ਤੇ ਜਾਂਦੀ ਹੁੰਦੀ ਲੋਕੀ ਪੈਦਲ ਵੀ ਜਾਂਦੇ ਪੈਦਲ ਵੀ ਜਾਂਦੇ ਤੇ ਗੱਡੀਆਂ ਰੋਕ ਕੇ ਲੋਕੀ ਇਹਨਾਂ ਨਾਲ ਫੋਟੋ ਕਰਾਉਂਦੇ ਉਹਨਾਂ ਨੇ ਗੱਡੀ ਚ ਉਤਰ ਕੇ ਆਣਾ ਇੱਕ ਮਾਡਲ ਸੀ ਮਨੀ ਮਨੀ ਕਰਕੇ ਸੀ ਉਹਦਾ ਨਾਮ ਨਿਕਨੇ ਮੈਨੂੰ ਯਾਦ ਆ ਓਕੇ ਉਹ ਵੀ ਮੇਰੇ ਨਾਲ ਹੁੰਦੀ ਸੀ ਓਕੇ ਉਹ ਵੀ ਗਾਣਿਆਂ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਉਹਦੇ ਗਾਣੇ ਆਉਂਦੇ ਹੁੰਦੇ ਸੀ ਮਾਡਲਿੰਗ ਐਜ਼ ਅ ਮਾਡਲ ਤੇ ਉਹ ਅਸੀਂ ਇਕੱਠਿਆਂ ਨੇ ਜਾਣਾ ਉਹਨਾਂ ਨੇ ਗੱਡੀ ਰੋਕ ਕੇ ਆਉਣਾ ਅਸੀਂ ਪੈਦਲ ਉਹ ਗੱਡੀ ਰੋਕ ਕੇ ਫੋਟੋ ਖਿਚਾਉਣਾ ਸੋ ਕਿੰਨਾ ਖੂਬਸੂਰਤ ਸਫ਼ਰ ਲੱਗਦਾ ਨਾ ਕਿ ਉਸ ਚੀਜ਼ ਤੋਂ ਸ਼ੁਰੂਆਤ ਕਰਕੇ ਹੁਣ ਇਸ ਮੁਕਾਮ ਤੇ ਪਹੁੰਚੇ ਔਰ ਜਦੋਂ ਵੀ ਪਿੱਛੇ ਪੂਰੀ ਪਿਕਚਰ ਦੇਖਦੇ ਆ ਤੇ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ ਮੈਨੂੰ ਲੱਗਦਾ ਜਦੋਂ ਤੁਸੀਂ ਸਟਰਗਲ ਤੋਂ ਬਾਅਦ ਤੁਸੀਂ ਕੋਈ ਚੀਜ਼ ਅਚੀਵ ਕਰਦੇ ਹੋ ਤਾਂ ਮਜ਼ਾ ਆਉਂਦਾ ਹੈ ਮਜ਼ਾ ਹੀ ਬਹੁਤ ਆਉਂਦਾ ਕਹਿੰਦੇ ਨੇ ਕਿ ਇੱਥੋਂ ਤੱਕ ਜਾਣਾ ਵਾ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਔਰ ਵਾਕਈ ਸਹੀ ਹੈ ਪਰ ਉਸ ਐਲਬਮ ਦਾ ਅਸੀਂ ਇੱਕ ਗੀਤ ਜ਼ਰੂਰ ਸੁਣਨਾ ਚਾਹਾਂਗੇ ਜੋ ਤੁਹਾਡਾ ਕੋਈ ਵੀ ਫੇਵਰਿਟ ਹੋਵੇ ਮੈਂ ਆਪਣਾ ਸੋਲੋ ਹੀ ਸੁਣਾਉਣੀ ਹੈ ਐਸੀ ਸੋਹਣਿਆਂ ਵਿੱਚ ਟਿਕ ਪਿਆਰ ਵਾਲੀ ਲਾਈ ਰਾਤੀ ਤੇਰੇ ਅੱਖਿਆਲਾਂ ਵਿੱਚ ਨੀਂਦ ਨੀ ਵੇ ਆਈ ਜਦੋਂ ਕਾਲਜ ਦੇ ਵਿੱਚ ਲਾਈ ਹਾਜ਼ਰੀ ਹੱਥ ਤੇਰੇ ਨਾਂ ਤੇ ਸੋਹਣਿਆਂ ਹਲਾਤਾਂ ਭੁੱਲ ਕੇ ਕਿਹਾ ਮੈਡਮ ਨੇ ਲੈਸਨ ਸੁਣਾਉਣ ਨੂੰ ਤੇਰਾ ਲਵ ਲੈਟਰ ਸੁਣਾ ਤਾਂ ਭੁੱਲ ਕੇ ਕਿਹਾ ਮੈਡਮ ਨੇ ਲੈਸਨ ਸੁਣਾਉਣ ਨੂੰ ਵੇ ਮੈਂ ਤੇਰਾ ਲਵ ਲੈਟਰ ਸੁਣਾ ਤਾਂ ਭੁੱਲ ਕੇ ਕਿਆ ਬਾਤ ਹੈ ਜੀ ਲਓ ਜੀ ਦੋਸਤੋ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਇਸੇ ਤਰ੍ਹਾਂ ਆਪਾਂ ਗੱਲਾਂ ਕਰਦੇ ਰਵਾਂਗੇ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਕਿਤਨਾ ਜਾਓ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਬਹੁਤ ਹੀ ਸੋਹਣੀ ਜੋੜੀ ਦੇ ਨਾਲ ਗੁਰਲੇਜ਼ ਅਖਤਰ ਜੀ ਨੇ ਕੁਲਵਿੰਦਰ ਭਾਜੀ ਨੇ ਸੋ ਇਹਨਾਂ ਦੇ ਲਾਈਫ ਦੇ ਬਾਰੇ ਬਹੁਤ ਕੁਝ ਅਸੀਂ ਜਾਣ ਲਿਆ ਬਹੁਤ ਇੰਟਰਸਟਿੰਗ ਗੱਲਾਂ ਤੁਸੀਂ ਆਲਰੇਡੀ ਸਾਡੇ ਨਾਲ ਡਿਸਕਸ ਕਰ ਚੁੱਕੇ ਹੋ ਬਟ ਜੇ ਮੈਂ ਤੁਹਾਡੀ ਚੋਇਸ ਦੀ ਗੱਲ ਕਰਾਂ ਗਾਣੇ ਦੇ ਮੁਤਾਬਿਕ ਤਾਂ ਕੀ ਲੱਗਦਾ ਕਿ ਤੁਹਾਡੇ ਦੋਵਾਂ ਦੇ ਵਿੱਚੋਂ ਸਭ ਤੋਂ ਬੈਸਟ ਚੋਇਸ ਕਿਹਦੀ ਹੁੰਦੀ ਹੈ ਡਿਪੈਂਡ ਕਰਦਾ ਜੇ ਤਾਂ ਕੋਈ ਜਿਹੜਾ ਹੈਗਾ ਬੀਟ ਸੌਂਗ ਆ ਅੱਛਾ ਜੀ ਉਹ ਇਹ ਬਹੁਤ ਅੱਛਾ ਸਿਲੈਕਟ ਕਰਦਾ ਓਕੇ ਤੇ ਜੇ ਕੋਈ ਰੋਮਾਂਟਿਕ ਜਾਂ ਸੈਡ ਆ ਉਹ ਫਿਰ ਮੈਂ ਕਰ ਲੈਣਾ ਰੋਮਾਂਟਿਕ ਸੈਡ ਵਾਲੇ ਇਨਸਾਨ ਹੈ ਤਾਂ ਹੀ ਇੰਨੇ ਪਿੱਛੇ ਭੱਜ ਭੱਜ ਕੇ ਅਮਰੀਕਾ ਕੈਨੇਡਾ ਚਲੇ ਗਏ ਇਹ ਪੂਰਾ ਯੋਗਦਾਨ ਹੁੰਦਾ ਇਹਨਾਂ ਦਾ ਅੱਛਾ ਜੀ ਬਟ ਇਹ ਹੈ ਵੀ ਥੋੜਾ ਜਿਹਾ ਫਿਰ ਉਹ ਰਾਈਟ ਰਾਈਟ ਸੋ ਆਪਣੀ ਆਪਣੀ ਚੋਇਸ ਹੈ ਔਰ ਉਹ ਵੰਡੇ ਡਿਪਾਰਟਮੈਂਟ ਵੰਡੇ ਹੋਏ ਨੇ ਹਨਾ ਪਰ ਹੁਣ ਤੁਹਾਡੀ ਜੋੜੀ ਨੇ ਇੰਨੇ ਸ਼ੋਜ਼ ਕੀਤੇ ਨੇ ਇੰਨੇ ਗਾਣੇ ਆਏ ਨੇ ਤੇ ਕਦੀ ਵੀ ਇਹੋ ਜਿਹਾ ਮੈਮੋਰੇਬਲ ਮੂਮੈਂਟ ਜਾਂ ਫਿਰ ਕੋਈ ਵੀ ਇਹੋ ਜਿਹੀ ਚੀਜ਼ ਜੋ ਤੁਹਾਡੇ ਫੈਨਸ ਨੇ ਤੁਹਾਨੂੰ ਇੱਕ ਸਭ ਤੋਂ ਬੈਸਟ ਕੰਪਲੀਮੈਂਟ ਦਿੱਤਾ ਹੋਵੇ ਤੁਹਾਡੀ ਜੋੜੀ ਦੇ ਲਈ ਕੋਈ ਵੀ ਤੁਹਾਨੂੰ ਯਾਦ ਹੋਵੇ ਸਾਨੂੰ ਵੈਸੇ ਇੱਕ ਕੰਪਲੀਮੈਂਟ ਜ਼ਰੂਰ ਮਿਲਦਾ ਕਿ ਜੋੜੀਆਂ ਬਹੁਤ ਨੇ ਬਟ ਰੱਬ ਨੇ ਤੁਹਾਡੀ ਸੁਰੀਲੀ ਜੋੜੀ ਬਣਾਈ ਆ ਅੱਛਾ ਜੀ ਕੀ ਬਾਤ ਔਰ ਐਤਕੀ ਅਸੀਂ ਇਹ ਤਾਂ ਚਲੋ ਸਾਨੂੰ ਦਿੰਦੇ ਆ ਮੈਂ ਅਸੀਂ ਕੈਨੇਡਾ ਸ਼ੋਅ ਕਰਕੇ ਆਏ ਆ ਪਿਛਲੇ 2 ਸਾਲ ਤੋਂ ਅਸੀਂ ਲਗਾਤਾਰ ਕਰ ਰਹੇ ਹਾਂ ਔਰ ਨਹੀਂ ਤਾਂ ਆਰਟਿਸਟ ਨੂੰ ਅਗਲੇ ਸਾਲ 1 ਸਾਲ ਕਰ ਲਵੇ ਨਾ ਕਹਿੰਦੇ 2-3 ਸਾਲ ਗੈਪ ਪਾ ਲਓ ਔਰ ਅਸੀਂ ਇਸ ਸਾਲ ਸ਼ੋਅ ਕਰਕੇ ਫਿਰ ਆਏ ਹਾਂ ਔਰ ਜਦੋਂ ਅਸੀਂ ਸਟੇਜ ਤੋਂ ਉਤਰੇ ਹਾਂ ਨਾ ਹਾਂਜੀ ਤੇ ਉਸੇ ਟਾਈਮ ਸਾਨੂੰ ਹੱਥ ਫੜ ਕੇ ਕਹਿੰਦੇ ਸਾਡੇ ਨਾਲ ਪ੍ਰੋਮਿਸ ਕਰੋ ਵੀ ਅਗਲੇ ਸਾਲ ਫਿਰ ਆਉਂਗੇ ਇਸ ਤੋਂ ਵਧੀਆ ਹੋਰ ਚੀਜ਼ ਕੀ ਹੋ ਸਕਦੀ ਹੈ ਤੁਸੀਂ ਬਲੀਵ ਨਹੀਂ ਕਰ ਸਕਦੇ ਵੀ ਉਹ ਮੂਮੈਂਟ ਸਾਡੇ ਲਈ ਕੀ ਹੋ ਸਕਦੀ ਆ ਤੇ ਕੀ ਹੋਊਗਾ ਵੀ ਮਤਲਬ ਕਿ ਅਸੀਂ ਕਿਹਾ ਵੀ ਨਹੀਂ ਹੁਣ 2 ਸਾਲ ਹੋ ਗਏ ਵੀ ਪਿਛਲੇ ਸਾਲ ਵੀ ਕਰਕੇ ਗਏ ਇਸ ਸਾਲ ਫਿਰ ਕੀਤਾ ਕਹਿੰਦੇ ਨਹੀਂ 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 ਅਗਲੇ ਸਾਲ ਤੁਸੀਂ ਫਿਰ ਆਉਣਾ ਉਹ ਕਹਿੰਦੇ ਨੇ ਕਿ ਜਿਸ ਘਰ ਤੋਂ ਨਿਕਲਣਾ ਹੋਵੇ ਉਸ ਤੋਂ ਪਹਿਲਾਂ ਹੀ ਸੱਦਾ ਆ ਜਾਵੇ ਤੇ ਉਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਇਹੀ ਤੁਹਾਡੇ ਲਈ ਬੈਸਟ ਕੰਪਲੀਮੈਂਟ ਹੁੰਦਾ ਔਰ ਇਹੀ ਚੀਜ਼ ਹੁੰਦੀ ਕਿ ਹੁਣ ਵੀ ਅਸੀਂ ਆ ਗਏ ਉੱਥੋਂ ਸਾਨੂੰ ਕਈ ਵਾਰੀ ਫੋਨ ਲੋਕੀ ਕਰਕੇ ਕਹਿੰਦੇ ਵੀ ਜੋ ਤੁਸੀਂ ਕਰ ਗਏ ਨਾ ਜੋ ਤੁਸੀਂ ਗਾ ਕੇ ਗਏ ਦੋਨੇ ਜਾਣੇ ਵੀ ਅੱਜ ਵੀ ਲੋਕੀ ਤੁਹਾਡੀਆਂ ਗੱਲਾਂ ਕਰਦੇ ਸਭ ਨੂੰ ਪਰਮਾਤਮਾ ਤਾਰੀਫ ਵੈਸੇ ਚੰਗੀ ਨਹੀਂ ਲੱਗਦੀ ਪਰ ਮੈਂ ਲੋਕਾਂ ਦੀ ਗੱਲ ਕਰ ਰਿਹਾ ਨਹੀਂ ਬਿਲਕੁਲ ਮੈਂ ਤੁਹਾਨੂੰ ਜੋ ਸਾਨੂੰ ਲੋਕੀ ਪਿਆਰ ਕਰਦੇ ਆ ਉਹਨਾਂ ਦਾ ਆਸ਼ੀਰਵਾਦ ਹੈ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਤੁਹਾਡੀ ਜੋੜੀ ਔਰ ਜਿਵੇਂ ਕਿ ਤੁਸੀਂ ਕਿਹਾ ਕਿ
ਹਰ ਬੰਦਾ ਸਾਨੂੰ ਇਹ ਦੱਸਦਾ ਕਿ ਤੁਹਾਡੀ ਜੋੜੀ ਬਹੁਤ ਸੋਹਣੀ ਔਰ ਸੁਰੀਲੀ ਜੋੜੀ ਹੈ, ਜੋੜੀਆਂ ਬਹੁਤ ਨੇ, ਤੇ ਹੁਣ ਮੈਂ ਇੱਥੇ ਟੈਸਟ ਕਰੂੰਗਾ ਤੁਹਾਡੀ ਜੋੜੀ ਦਾ। ਠੀਕ ਹੈ ਜੀ, ਤੇ ਉਹ ਟੈਸਟ ਕਿਸ ਤਰ੍ਹਾਂ ਹੋਏਗਾ ਉਹ ਮੈਂ ਤੁਹਾਨੂੰ ਦੱਸਦਾ। ਮੇਰੇ ਕੋਲ ਕੁਝ ਕੁਐਸਚਨਸ ਨੇ, ਮੈਂ ਕੁਐਸਚਨ ਤੁਹਾਡੇ ਤੋਂ ਪੁੱਛੂਗਾ। ਫੋਰ ਐਗਜ਼ਾਮਪਲ ਜੇ ਮੈਂ ਤੁਹਾਡੇ ਤੋਂ ਕੁਐਸਚਨਸ ਪੁੱਛੂਗਾ, ਔਖਾ ਨਾ ਪੁੱਛੋ। ਨਹੀਂ ਨਹੀਂ, ਉਹ ਕੋਈ ਗੱਲ ਨਹੀਂ, ਬੜੇ ਸਿੰਪਲ ਜਿਹੇ ਕੁਐਸਚਨਸ ਨੇ। ਠੀਕ ਹੈ, ਹੁਣ ਮੈਂ ਜੇ ਮੈਂ ਤੁਹਾਡੇ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ ਤਾਂ ਮੈਂ ਇੱਕ ਸਲੇਟ ਅਤੇ ਇੱਕ ਚੌਕ ਗੁਰਲੇਸ ਜੀ ਨੂੰ ਦੇ ਦੂੰਗਾ। ਠੀਕ ਹੈ ਜੀ, ਜੋ ਮੈਂ ਕੁਐਸਚਨਸ ਤੁਹਾਡੇ ਤੋਂ ਪੁੱਛੂਗਾ, ਫੋਰ ਐਗਜ਼ਾਮਪਲ ਐਕਸ ਕੁਐਸਚਨ ਹੈ, ਉਹਦਾ ਆਂਸਰ ਪਹਿਲਾਂ ਹੀ ਲਿਖ ਲੈਣਗੇ ਸਲੇਟ। ਠੀਕ ਹੈ, ਠੀਕ, ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਪੁੱਛੂੰਗਾ। ਓਕੇ, ਅਤੇ ਜੇ ਉਹ ਆਂਸਰ ਮੈਚ ਹੋ ਗਿਆ, ਇੱਕ ਪੁਆਇੰਟ ਤੁਹਾਡਾ, ਫਿਰ ਪਾਰਟੀ ਹੈ, ਫਿਰ ਪਾਰਟੀ ਹੈ। ਠੀਕ ਹੈ, ਸੋ ਦੇਖਦੇ ਹਾਂ ਕਿ ਕਿਹਦੇ ਸਭ ਤੋਂ ਜ਼ਿਆਦਾ ਆਂਸਰਸ ਮੈਚ ਹੁੰਦੇ ਨੇ। ਠੀਕ ਹੈ, ਰਾਈਟ, ਲਓ ਜੀ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਕੁਲਵਿੰਦਰ ਜੀ ਤੋਂ। ਠੀਕ ਹੈ, ਅਤੇ ਚੌਕ ਅਤੇ ਸਲੇਟ ਮੈਮ ਨੂੰ ਦਿੱਤਾ ਜਾਵੇ। ਠੀਕ ਹੈ ਮੈਮ, ਕੁਝ ਕਹਿਣਾ ਚਾਹੋਗੇ? ਮੈਂ ਕਿਹਾ ਅੱਜ ਪਤਾ ਚੱਲੇਗਾ ਕਿ ਜਿਹੜੇ ਪਿਆਰਾਂ ਦੀ ਦੁਹਾਈ ਦਿੰਦੇ ਨਾ, ਮੈਂ ਬਹੁਤ ਪਿਆਰ ਕਰਦਾ, ਅੱਜ ਪਤਾ ਚੱਲੂਗਾ। ਆਓ ਜੀ, ਦੇਖਿਆ ਮੈਡਮ ਨੇ ਤੁਹਾਡਾ, ਗਲਤ ਕਰ ਰਿਹਾ ਮੈਨੂੰ ਨਾ, ਮੈਡਮ ਨੇ ਤੁਹਾਡਾ ਟੈਸਟ ਨਹੀਂ ਲਿਤਾ ਹੋਊਗਾ, ਪਰ ਮੈਂ ਜੋ ਜੇ ਪਾਤਾ। ਚਲੋ ਦੇਖਦੇ ਹਾਂ, ਮੈਂ ਜ਼ਰੂਰ ਟੈਸਟ ਲਵਾਂਗਾ। ਠੀਕ ਹੈ, ਆਲਰਾਈਟ, ਲੈਟਸ ਡੂ ਇਟ। ਗੁਰਲੇਸ ਜੀ ਦਾ ਫੇਵਰਿਟ ਕਲਰ ਤੁਸੀਂ ਲਿਖੋ, ਫਿਰ ਮੈਂ ਪੁੱਛੂਗਾ। ਰੁਕ ਜਾਓ, ਪਹਿਲਾਂ ਉਹਨੂੰ ਲਿਖ ਲੈਣ ਦਿਓ। ਲਿਖੋ ਜੀ, ਦੱਸੋ ਜੀ। ਇਹ ਬਲੈਕ ਵੀ ਬਹੁਤ ਲਾਈਕ ਕਰਦੇ ਆ ਤੇ ਵਾਈਟ। ਓਏ ਹੋਏ ਹੋਏ, ਵਾਹ ਜੀ ਵਾਹ, ਗ੍ਰੇਟ। ਦਿਖਾਓ ਜੀ, ਦਿਖਾਓ ਇਹ ਸਲੇਟ, ਦਿਖਾਓ। ਇਹਨੇ ਲਿਖਿਆ ਬਲੈਕ ਐਂਡ ਵਾਈਟ, ਪਰਫੈਕਟ, ਅਮੇਜ਼ਿੰਗ। ਪਹਿਲਾਂ ਹੀ ਆਨਸਰ ਸਹੀ ਹੋ ਗਿਆ। ਲਓ ਜੀ, ਇੱਕ ਨੰਬਰ ਹੋ ਗਿਆ ਜੀ ਹੁਣ ਇਹਨਾਂ ਦਾ। ਠੀਕ ਹੈ, ਹੁਣ ਇਹਨੂੰ ਆਪਾਂ ਮਿਟੇ ਦਈਏ। ਠੀਕ ਹੈ, ਓਕੇ। ਨੈਕਸਟ, ਗੁਰਲੇਸ ਜੀ ਦੀ ਫੇਵਰੇਟ ਡਿਸ਼ ਤੁਸੀਂ ਲਿਖੋ, ਫਿਰ ਮੈਂ ਪੁੱਛੂਗਾ। ਓਕੇ, ਦੱਸੋ ਜੀ। ਇਹ ਇਟਾਲੀਅਨ ਫੂਡ ਬਹੁਤ ਲਾਈਕ ਕਰਦੇ, ਆਲਿਵ ਗਾਰਡਨ ਦੇ ਵਿੱਚ ਸੂਪ ਬਹੁਤ ਪਸੰਦ ਕਰਦੇ ਉੱਥੇ। ਓਕੇ, ਹੋਰ ਦੂਜੀ ਆਪਸ਼ਨ? ਤੇ ਹੋਰ 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 ਹੋਰ, ਵੈਸੇ ਤੇ ਅੱਜ ਕੱਲ੍ਹ ਡਾਈਟ ਤੇ ਖਾਂਦੇ ਨਹੀਂ, ਜਦੋਂ ਖਾਂਦੇ ਸੀ ਉਦੋਂ ਕੀ ਖਾਂਦੇ ਸੀ? ਇਹਨਾਂ ਨੂੰ ਬਿਰਿਆਨੀ ਵੀ ਬਹੁਤ ਪਸੰਦ ਹੈ। ਲਿਖਿਆ ਸੀਗਾ ਬਿਰਿਆਨੀ ਤੇ ਫਿਸ਼, ਆ ਦੇਖੋ BIR ਲਿਖਤਾ, ਮਤਲਬ ਬਿਰਿਆਨੀ ਤੇ ਫਿਸ਼। ਸੋ ਪਹਿਲਾਂ ਗਲਤ ਹੋ ਗਿਆ ਸੀ, ਬਟ ਐਨੀ ਵੇਜ਼ ਆਪਾਂ ਤੁਹਾਨੂੰ ਨੰਬਰ ਦੇ ਦਿੰਦੇ, ਇਹਨਾਂ ਨੇ ਬਿਰਿਆਨੀ ਕਿਹਾ। ਪੂਰੇ ਪੂਰੇ ਜੀ, ਉਹ ਵੀ ਮੇਰਾ ਫੇਵਰਿਟ ਹੈ, ਮੈਂ ਤਾਂ ਹੀ ਕਹਿ ਰਹੀ ਸੀ ਹੈਗੇ ਤਾਂ ਬਹੁਤ। ਸੋ ਦੋ ਪੁਆਇੰਟਸ ਤੁਹਾਡੇ ਹੋ ਗਏ। ਉਹ ਜ਼ਿਆਦਾ ਫੇਵਰਿਟ ਹੈ ਇਹਨਾਂ ਦਾ। ਵੈਰੀ ਗੁੱਡ, ਲਓ ਜੀ, ਦੋ ਪੁਆਇੰਟਸ ਇੱਧਰ ਹੋ ਗਏ ਨੇ। ਠੀਕ ਹੈ, ਕੰਪੀਟੀਸ਼ਨ ਤੁਹਾਨੂੰ ਟਫ ਦੇ ਰਹੇ ਨੇ ਇਹ। ਠੀਕ ਹੈ, ਨਾਓ ਬਰਥ ਡੇਟ ਆਫ ਗੁਰਲੇਸ ਜੀ ਦੱਸੋ। 3-3 3-3, ਵਾਹ ਜੀ ਵਾਹ, ਗ੍ਰੇਟ। 0-3 0-3, ਮੇਰਾ ਪਤਾ ਕੀ ਹੈ? 0-1 0-3। ਵਾਓ, ਠੀਕ ਹੈ, ਓਕੇ। ਡਰੈਸ ਸ਼ੀ ਲਾਈਕ ਦੀ ਮੋਸਟ ਜੀ? ਪੰਜਾਬੀ ਸੂਟ। ਓਏ ਹੋਏ, ਸੂਟਸ, ਵਾਕਈ। ਲਓ ਜੀ, 4 ਪੁਆਇੰਟ ਹੋ ਗਏ ਨੇ। 5th ਕੁਐਸਚਨ, ਹਲੇ ਤੱਕ ਇਹਨਾਂ ਨੇ ਕੋਈ ਵੀ ਗਲਤ ਆਨਸਰ ਨਹੀਂ ਦਿੱਤਾ। ਠੀਕ ਹੈ, 5th ਕੁਐਸਚਨ, ਸ਼ੀ ਲਵ ਦਾ ਮੋਸਟ ਸ਼ਾਪਿੰਗ ਔਰ ਕੁਕਿੰਗ, ਦੱਸੋ ਜੀ। ਕੁਕਿੰਗ। ਵੈਰੀ ਗੁੱਡ ਭਾਜੀ, ਵੈਰੀ ਗੁੱਡ। ਵੋਟੀ ਮਿਲੇ ਤਾਂ ਸਾਰਿਆਂ ਨੂੰ ਇਹੋ ਜਿਹੀ ਮਿਲੇ ਕਿ ਕਿਸੇ ਨੂੰ ਸ਼ਾਪਿੰਗ ਦਾ ਚਾਹ ਹੀ ਨਾ ਰਹੇ, ਕੁਕਿੰਗ ਦਾ ਚਾਹ। ਲਓ ਜੀ, ਜ਼ੋਰਦਾਰ ਤਾੜੀਆਂ, ਵੇਖੀ ਤਾੜੀਆਂ ਤਾੜੀਆਂ ਤਾੜੀਆਂ। ਸੋ ਇਹਨਾਂ ਨੇ 5 ਕੁਐਸਚਨ ਦੇ 5 ਆਨਸਰ ਦੇ ਦਿੱਤੇ ਨੇ, 5 ਪੁਆਇੰਟ ਤੁਹਾਡੇ ਹੋ ਗਏ ਨੇ। ਇਹ ਤਾਂ ਪਿਆਰ ਦੀ ਦੁਹਾਈ ਚ ਪਾਸ ਹੋ ਗਏ, ਹੁਣ ਮੇਰੀ ਵਾਰੀ ਹੈ, ਹੁਣ ਤੁਹਾਡੀ ਵਾਰੀ ਹੈ। ਠੀਕ ਹੈ ਜੀ, ਪਰ ਇਹ ਬਹੁਤ ਵਧੀਆ ਚੀਜ਼ ਹੈ ਕਿ ਤੁਹਾਨੂੰ ਕੁਕਿੰਗ ਬੜੀ ਪਸੰਦ ਆ, ਹਨਾ? ਉਹ ਸਾਰੇ ਕਹਿ ਰਹੇ ਹੋਣੇ ਕਿ ਮੇਰੀ ਬੂਟੀ ਵੀ ਇਹੋ ਜਿਹੀ ਹੁੰਦੀ ਜਿਹਨੂੰ ਕੁਕਿੰਗ ਪਸੰਦ ਹੋਵੇ। ਚਲੋ, ਐਨੀਵੇਜ਼ ਸ਼ਾਪਿੰਗ ਦਾ ਤਾਂ ਬਿਲਕੁਲ ਨਹੀਂ ਸ਼ੌਕ। ਅੱਛਾ, ਤੇ ਸ਼ਾਪਿੰਗ ਇਹ ਕਰਦੇ ਨੇ ਤੁਹਾਡੀ? ਉਹ ਤਾਂ ਮਜਬੂਰੀ ਹੈ, ਕਰਨੀ ਪੈਂਦੀ। ਅੱਛਾ, ਇਹੀ ਕਰਦੇ ਨੇ, ਰਾਈਟ, ਵੈਰੀ ਗੁੱਡ। ਲਓ ਜੀ, ਹੁਣ ਵਾਰੀ ਹੈ ਜੀ ਤੁਹਾਡੀ, ਇਹ ਦੇਖਦੇ ਕੀ ਲਿਖਦੇ ਨੇ। ਓਕੇ, ਕੁਲਵਿੰਦਰ ਜੀ ਦੀ ਫੇਵਰੇਟ ਡਿਸ਼ ਲਿਖੋ ਜੀ। ਦੱਸੋ ਦੱਸੋ, ਕਾਫੀ ਨੇ, ਇੱਕ ਦੱਸੋ, ਦੋ ਦੱਸੋ, ਕੋਈ ਜੋ ਮਰਜ਼ੀ। ਉਹਨਾਂ ਨੇ ਬੜਾ ਅੱਛਾ, ਉਹਨਾਂ ਨੇ ਪੰਜ, ਮਤਲਬ ਆਈ ਮੀਨ ਸਹੀ ਦੱਸਿਆ। ਨੌਨ ਵੈਜ ਲਾਈਕ ਕਰਦੇ ਆ। ਇੱਕ ਡਿਸ਼ ਦੱਸੋ ਤੁਸੀਂ, ਲਿਖਣਾ ਨਹੀਂ ਜੀ ਕੁਝ, ਤੰਦੂਰੀ ਚਿਕਨ। ਤੰਦੂਰੀ ਚਿਕਨ, ਹੋਰ ਦੋ ਆਪਸ਼ਨ ਦੇ ਰਿਹਾ ਮੈਂ ਤੁਹਾਨੂੰ। ਇਟਾਲੀਅਨ ਵੀ ਲਾਈਕ ਕਰਦੇ ਆ। ਇਟਾਲੀਅਨ ਫੂਡ ਦੇ ਵਿੱਚ ਕੋਈ ਵੀ ਡਿਸ਼ ਹੋਏਗੀ ਤਾਂ ਪੱਕਾ ਮੈਂ ਮੰਨ ਜੂਗਾ। ਹਾਂਜੀ, ਦਿਖਾਓ ਜੀ, ਕੀ ਲਿਖਿਆ ਤੁਸੀਂ? ਫਿਸ਼ ਬਿਰਿਆਨੀ ਐਂਡ ਗੋਟ। ਓ ਮਾਈ ਗੋਡ, ਓ ਮਾਈ ਗੋਡ। ਠੀਕ ਹੈ, ਨੌਨ ਵੈਜ ਦੇ ਵਿੱਚ ਤੁਸੀਂ ਕੀ ਕਿਹਾ ਸੀਗਾ? ਤੰਦੂਰੀ ਚਿਕਨ। ਦੇਖ ਲੋ ਬਾਅਦ ਚੋ, ਫੋਟੋ ਬਹੁਤ ਪੈ ਜਾਣੀ ਸੀ। ਠੀਕ ਹੈ, ਓਕੇ। ਨੈਕਸਟ ਇਜ਼ ਫੇਵਰੇਟ ਕਲਰ ਆਫ ਕੁਲਵਿੰਦਰ ਭਾਜੀ, ਲਿਖੋ ਤੁਸੀਂ ਪਹਿਲਾਂ। ਬਲੈਕ ਐਂਡ ਵਾਈਟ, ਠੀਕ ਹੈ, ਚਲੋ ਦੋ ਨੰਬਰ ਹੋ ਗਏ। ਠੀਕ ਹੈ, ਵੈਰੀ ਗੁੱਡ, ਵੈਰੀ ਗੁੱਡ।
ਤਿੰਨ ਕੁਐਸਚਨਸ ਦੇ ਵਿੱਚ ਦੋ ਆਨਸਰ ਸਹੀ ਨੇ। ਕੁਲਵਿੰਦਰ ਕੁੱਕ ਡੈਸ਼ ਵੈਰੀ ਵੈਲ, ਹਾਲੇ ਨਾਲ ਤੁਸੀਂ ਬੋਲਿਓ, ਲਿਖੋ ਜੀ, ਡਨ, ਦੱਸੋ ਜੀ। ਦੋ ਫਿਸ਼ ਐਂਡ ਬਿਰਿਆਨੀ, ਦਿਖਾਓ ਜੀ, ਫਿਸ਼ ਲਿਖਿਆ ਜੀ। ਵਾਓ, ਗ੍ਰੇਟ, ਵੈਰੀ ਗੁੱਡ। ਚਲੋ, ਤਿੰਨ ਆਨਸਰਸ ਹੋ ਗਏ ਨੇ, ਤਿੰਨ ਪੁਆਇੰਟ ਹੋ ਚੁੱਕੇ ਨੇ, ਨਹੀਂ ਚਾਰ ਹੋ ਗਿਆ ਜੀ, ਨਹੀਂ ਇੱਕ ਗਲਤ ਹੋ ਗਿਆ, ਹਾਂ ਇੱਕ ਗਲਤ ਹੋ ਗਿਆ, ਕਿੰਨੀ ਸਾਈਡ ਲੈ ਰਿਹਾ ਨਾ ਮੇਰੀ, ਹਾਂ ਹੱਲੇ ਵੀ ਕਹਿ ਰਹੇ ਨਹੀਂ ਨਹੀਂ ਵਿਚਾਰੀ ਐਦਾਂ ਨਹੀਂ ਹੈ ਨਾ, ਹੱਲੇ ਵੀ ਐਂ ਕਹਿ ਰਹੇ ਨਹੀਂ ਨਹੀਂ ਇਹੋ ਜਿਹੀ ਇਹਨਾਂ ਦੀ ਗਲਤੀ ਨਹੀਂ ਹੈਗੀ। ਓਕੇ, ਕੁਲਵਿੰਦਰ ਲਵਸ ਦਾ ਮੋਸਟ ਸਲੀਪਿੰਗ ਔਰ ਜਰਨੀ, ਹਾਂਜੀ ਜਰਨੀ, ਦਿਖਾਓ ਜੀ। ਮੈਂ ਸਲੀਪਿੰਗ, ਸਲੀਪਿੰਗ ਕਿੱਥੇ ਸੌਂਦੇ ਆ ਤੁਸੀਂ? ਸਾਡੇ ਸਾਹਮਣੇ ਤਾਂ ਗਲਤ ਹੋ ਗਿਆ ਜੀ, ਹੁਣ ਠੀਕ ਹੈ, ਹੁਣ ਬਿਲਕੁਲ। ਚਲੋ, ਮੈਂ ਹਮੇਸ਼ਾ ਮੇਰੇ ਤੋਂ ਪਹਿਲਾਂ ਉੱਠਦੇ ਆ, ਮੈਂ ਵੈਸੇ ਨਾ ਤੁਹਾਡੇ ਲਈ ਲੈ ਕੇ ਆਇਆ ਸੀਗਾ ਕੁਐਸਚਨਸ, ਹੋਰ ਮਤਲਬ ਇੱਕ ਕੁਐਸਚਨ ਐਕਸਟਰਾ ਲੈ ਕੇ ਆਇਆ ਸੀਗਾ, ਜੇ ਤੁਹਾਡੀ ਗਲਤੀ ਹੋ ਜਾਏ ਤਾਂ ਮੈਂ ਮਾਫ ਕਰ ਦਿੰਦਾ, ਗਲਤ ਕਰ ਰਿਹਾ ਉਹੀ ਮਾਫ ਕਰ ਦਿੰਦਾ ਸਰ, ਮੈਂ ਘੱਟ ਹੁੰਦਾ ਤੁਸੀਂ ਮੈਨੂੰ ਕਰਨਾ ਚਾਹੀਦਾ, ਨਹੀਂ ਇਹ ਥੋੜਾ ਜਿਹਾ ਮਤਲਬ ਫੀਮੇਲ ਪ੍ਰਾਇੋਰਟੀ ਤਾਂ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਤੁਹਾਡੇ ਦੋਨਾਂ ਦਾ ਕੋਈ ਇੱਕ ਸੇਮ ਫੇਵਰਿਟ ਸੌਂਗ ਤੁਸੀਂ ਲਿਖੋ। ਸੋਹਣੀ ਹੈ, ਓਏ ਹੋਏ, ਹੁਣ ਗੇਮ ਬਹੁਤ ਵਧੀਆ ਰਹੀ। ਸੋ ਇਸ ਗੇਮ ਦੇ ਵਿਨਰ ਨੇ ਕੁਲਵਿੰਦਰ ਜੀ, ਜ਼ੋਰਦਾਰ ਤਾੜੀਆਂ ਕੁਲਵਿੰਦਰ ਜੀ ਵਾਸਤੇ, ਥੈਂਕ ਯੂ। ਸੋ ਗਿਫਟ ਕੋਈ ਦਿਓ ਜੀ, ਤੁਸੀਂ ਨਹੀਂ ਗਿਫਟ ਹੀ ਦੇਣਗੇ ਤੁਹਾਨੂੰ, ਮੈਂ ਦਵਾਂਗੀ ਗਿਫਟ, ਅੱਛਾ ਜੀ, ਠੀਕ ਹੈ। ਅਸੀਂ ਤਾਂ ਦੇਖੋ ਜੀ ਇੱਥੇ ਰਿਸ਼ਤੇ ਮਿਲਾਨੇ ਆ, ਆਪਸ ਵਿੱਚ ਤੁਸੀਂ ਕਰਨਾ, ਇੰਨਾ ਕੁਝ ਕੀਤਾ ਗਿਫਟ ਤਾਂ ਬੜਾ, ਰਾਈਟ। ਸੋ ਹੁਣ ਤੁਸੀਂ ਗਿਫਟ ਕੀ ਦਿਓਗੇ ਇਹਨਾਂ ਨੂੰ? ਡਿਸਾਈਡ ਕਰਾਂਗੇ ਇੰਨੀ, ਪਰ ਦੇ ਦਿਓ ਤੁਸੀਂ, ਰਾਈਟ। ਚਲੋ ਹੁਣ ਗਾਣਾ ਸੁਣਾ ਦਿਓ, ਕਰੋ ਜੀ ਸ਼ੁਰੂ। ਜੀਜਾ ਹੋਇਆ ਫਿਰਦਾ ਟੱਲੀ, ਖਿੱਚ ਖਿੱਚ ਕੇ ਮੱਲੋ ਮੱਲੀ, ਖਿੱਚ ਖਿੱਚ ਕੇ ਮੱਲੋ ਮੱਲੀ, ਸਭ ਨੂੰ ਨਾਲ ਨਚਾਉਂਦਾ ਵੇ ਵਿਆਹ ਵਿੱਚ ਸਾਲੇ ਦੇ, ਫਿਰੇ ਬਾਗੀਆਂ ਪਾਉਂਦਾ ਵੇ ਵਿਆਹ ਵਿੱਚ ਸਾਲੇ ਦੇ, ਫਿਰੇ ਬਾਗੀਆਂ ਉਹ ਫਿਰੇ ਬਾਗੀਆਂ ਪਾਉਂਦਾ ਵੇ ਵਿਆਹ ਵਿੱਚ ਸਾਲੇ ਦੇ। ਮੈਨੂੰ ਤਾਂ ਚਾ ਚੜਿਆ ਬਾਲਾ, ਕੱਲ ਨੂੰ ਵਿਆਹ ਕੇ ਲਿਆਉਣਾ ਸਾਲਾ, ਕੱਲ ਨੂੰ ਵਿਆਹ ਕੇ ਲਿਆਉਣਾ ਸਾਲਾ, ਤਾਈਓ ਪੀ ਕੇ ਗੱਜਦਾ ਨੀ ਅੱਜ ਤੇਰੇ ਜੀਜੇ ਦਾ, ਪੈਰ ਪੁੰਜੇ ਨਾ ਲੱਗਦਾ ਨੀ ਅੱਜ ਤੇਰੇ ਜੀਜੇ ਦਾ, ਪੈਰ ਪੁੰਜੇ ਨਾ, ਮੈਂ ਕਿਹਾ ਪੈਰ ਪੁੰਜੇ ਨਾ ਲੱਗਦਾ ਨੀ ਅੱਜ ਤੇਰੇ ਜੀਜੇ ਦਾ। ਕੀ ਬਾਤ ਹੈ ਜੀ, ਥੈਂਕ ਯੂ ਸੋ ਮਚ। ਸੋ ਇਹ ਸੈਗਮੈਂਟ ਬਹੁਤ ਹੀ ਵਧੀਆ ਰਿਹਾ, ਐਂਟਰਟੇਨਿੰਗ ਰਿਹਾ, ਇਹਨਾਂ ਨੇ ਇੱਕ ਦੂਜੇ ਦੇ ਬਾਰੇ ਸਾਨੂੰ ਦੱਸਿਆ। ਹੁਣ ਵੇਲਾ ਹੋ ਗਿਆ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰ ਰਹੇ ਬਹੁਤ ਹੀ ਸੋਹਣੀ ਜੋੜੀ ਦੇ ਨਾਲ, ਕੁਲਵਿੰਦਰ ਜੀ ਨੇ, ਗੁਰਲੇਸ਼ ਜੀ ਨੇ। ਹੁਣ ਗੱਲ ਇੱਦਾਂ ਕਿ ਆਪਾਂ ਤੁਹਾਡੇ ਬਾਰੇ ਜਾਣ ਲਿਆ ਹੈ ਨਾ, ਠੀਕ ਹੈ, ਉਹ ਕੁਇਜ਼ ਵੀ ਆਪਣਾ ਹੋ ਗਿਆ। ਹੁਣ ਮੈਂ ਨਾ ਇੱਕ ਹੋਰ ਨਵੀਂ ਚੀਜ਼ ਤੁਹਾਡੇ ਲਈ ਲੈ ਕੇ ਆਇਆ, ਉਹ ਇਹ ਹੈ ਕਿ ਮੈਂ ਤੁਹਾਨੂੰ ਕੁਝ ਗੀਤ ਸੁਣਾਊਂਗਾ ਇੱਥੇ, ਅੱਛਾ ਜੀ, ਤੇ ਤੁਸੀਂ ਪੁੱਛਣਾ ਹੈ ਕਿ ਇਹ ਕਿੰਨਾਂ ਦੇ ਗੀਤ ਨੇ, ਓਕੇ ਓਕੇ, ਠੀਕ ਹੈ ਜੀ, ਕਿੰਨਾਂ ਨੇ ਗਾਏ ਨੇ, ਮਤਲਬ ਗਾਇਕ ਨੇ, ਗਾਇਕ ਓਕੇ ਓਕੇ, ਠੀਕ ਹੈ, ਰਾਈਟ। ਸੋ ਤੁਹਾਨੂੰ ਸੁਣਾਉਂਦੇ ਹਾਂ ਪਹਿਲਾ ਗੀਤ, ਨੱਚ ਗੋਰੀਏ ਨੀ ਤੇਰੇ ਸਿਰ ਤੋਂ ਪਤਾ ਸੇਵਾਰਾ, ਉਹ ਗਿੱਧੇ ਵਿੱਚ ਨੱਚ ਗੋਰੀਏ, ਨੱਚ ਗੋਰੀਏ ਨੀ ਤੇਰੇ ਸਿਰ ਤੋਂ ਪਤਾ ਸੇਵਾਰਾ। ਠੀਕ ਹੈ ਜੀ, ਹਾਂਜੀ, ਉਹਨਾਂ ਨੂੰ ਨਹੀਂ ਪਤਾ, ਮੈਨੂੰ ਪਤਾ ਜੀ, ਪਤਾ ਜੀ, ਹਾਂਜੀ, ਦੱਸੋ ਫਿਰ, ਮੁਹੰਮਦ ਸਦੀਕ ਜੀ, ਅੱਛਾ ਜੀ, ਤੇ ਹੋਰ, ਰਣਜੀਤ ਕੌਰ, ਵੈਰੀ ਗੁੱਡ, ਬਿਲਕੁਲ ਸਹੀ ਕਿਹਾ ਜੀ, ਤਾੜੀਆਂ ਤਾੜੀਆਂ ਤਾੜੀਆਂ, ਗ੍ਰੇਟ। ਓਕੇ, ਪਹਿਲਾ ਗਾਣਾ ਇਹਨਾਂ ਨੇ ਪੁੱਛ ਲਿਆ, ਹੁਣ ਸੈਕੰਡ ਸੌਂਗ ਤੁਹਾਨੂੰ ਸੁਣਾਉਂਦੇ ਹਾਂ। ਅਜੇ ਜਵਾਨੀ ਨਹੀਂ ਸੀ ਆਈ ਪਹਿਲਾਂ ਹੀ ਅੜ ਗਿਆ ਨੀ, ਇੱਕ ਕਾਲੇ ਦਾ ਟੋਟਾ ਮੇਰੇ ਤੇ ਜਾਦੂ ਕਰ ਗਿਆ ਨੀ, ਹੋਰ ਕਿਸੇ ਨਾਲ ਬੈਠੇ ਪਿੰਗਾ ਝੂਠ ਪਿਆਰਾਂ ਦਾ, ਕੁੰਡਲਾ ਵਾਲੇ ਵਾਲਾ ਬਟਲਿਆ ਪੁੱਤਰ ਦਾਰਾਂ ਦਾ। ਓਕੇ ਸਟਾਪ, ਹਾਂਜੀ ਦੱਸੋ ਜੀ, ਨਿਦਾਰ ਸੰਧੂ ਜੀ, ਸੰਧੂ ਸਾਹਿਬ, ਨਿਦਾਰ ਸੰਧੂ ਜੀ, ਨਹੀਂ ਜੀ, ਹੋਰ ਸੋਚੋ, ਐਨੀ ਗੈਸਿਸ, ਦੋਨਾਂ ਦੇ ਨਾਂ ਦੱਸਣੇ ਨੇ, ਨਹੀਂ ਪਤਾ, ਦੱਸਦੇ ਆ। ਲਓ ਜੀ, ਇਹ ਗਾਣਾ ਹੈਗਾ ਜੀ ਸੁਰਿੰਦਰ ਸ਼ਿੰਦਾ ਜੀ ਦਾ ਤੇ ਗੁਲਸ਼ਨ ਕੋਮਲ ਜੀ ਦਾ, ਯੈਸ, ਠੀਕ ਹੈ ਜੀ, ਸਾਹਿਬ ਦੀ ਗ੍ਰੇਟ। ਸੋ ਇਹਨਾਂ ਲਈ ਕਰੀ ਜ਼ੋਰਦਾਰ ਤਾੜੀਆਂ, ਵਾਕਈ ਜੀ, ਇਹ ਗਾਣੇ ਸੁਣ ਕੇ ਹੱਲੇ ਵੀ ਐਂ ਲੱਗਦਾ ਕੀ ਬਾਤ ਹੈ ਜੀ, ਕਿਸ ਦੌਰ ਦੇ ਵਿੱਚ ਚੱਲ ਰਿਹਾ, ਮਜ਼ਾ ਆ ਜਾਂਦਾ, ਸਕੂਨ ਜਿਹਾ ਮਿਲਦਾ ਇਹ ਜਿਹੜਾ, ਇਹ ਟੋਨ ਹੀ ਅਲੱਗ ਲੱਗ ਰਹੀ ਹੈ ਚੰਦਾ, ਅਲੱਗ ਟੋਨ ਲੱਗ ਰਹੀ ਹੈ, ਅਲੱਗ ਟੋਨ ਹੈਗੀ, ਇਸੇ ਕਰਕੇ ਮੈਂ ਥੋੜਾ ਜਿਹਾ ਡਿਫਰੈਂਟ ਲੈ ਕੇ ਆਇਆ, ਮੈਂ ਕਿਹਾ ਦੇਖਦੇ ਹਾਂ ਤੁਸੀਂ ਬੁੱਝਦੇ ਹੋ ਕਿ ਨਹੀਂ, ਰਾਈਟ। ਚਲੋ ਜੀ, ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਫੈਨਸ ਦੀ ਜੀ, ਕੋਈ ਵੀ ਇਹੋ ਜਿਹਾ ਮੂਮੈਂਟ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਹਾ ਹੋਵੇ, ਜੋ ਬੜਾ ਫਨੀ ਮੂਮੈਂਟ ਰਿਹਾ ਹੋਵੇ ਤੁਹਾਡੇ ਫੈਨਸ ਦੇ ਨਾਲ, ਤੇ ਹੋਲੇ ਵੀ ਯਾਦ ਕਰਦੇ ਹੋ, ਤੁਸੀਂ ਹੱਸਦੇ ਹੋ ਕਿ ਯਾਰ ਐਦਾਂ ਹੋਇਆ ਸੀ ਸਾਡੇ ਨਾਲ। ਜਦੋਂ ਡੋਇਟ ਸ਼ੋਜ਼ ਕਰਦੇ ਸੀ ਮੈਂ, ਆਈ ਥਿੰਕ ਪ੍ਰੀਤ ਬ੍ਰਾਂਡ ਹੁੰਦਾ ਸ਼ੋਅ ਸੀਗਾ, ਅੱਛਾ ਜੀ, ਉਹ ਜਦੋਂ ਵੀ ਕੋਈ ਮੇਲਾ ਹੁੰਦਾ ਸੀ ਨਾ, ਉਹ ਸੀਗੇ ਜਿੱਦਾਂ ਕਹਿ ਲਓ ਕਿ
ਅਬ ਨੋਰਮਲ ਕਹਿ ਸਕਦੇ ਆ ਓਕੇ ਉਹ ਜਦੋਂ ਵੀ ਜਿੱਥੇ ਵੀ ਮੇਲਾ ਹੁੰਦਾ ਸੀ ਉੱਥੇ ਹੀ ਪਹੁੰਚਦੇ ਸੀ ਓਕੇ ਉੱਥੇ ਹੀ ਪਹੁੰਚਣਾ ਉਹਨਾਂ ਨੇ ਤੇ ਹਰੇਕ ਗਾਣੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਦੇਖ ਰਿਹਾ ਮੈਨੂੰ ਉਹਨਾਂ ਨੇ ਡਾਂਸ ਕਰੀ ਜਾਣਾ ਨੋਨ ਸਟਾਪ ਔਰ ਮੈਂ ਉਹਨਾਂ ਨੂੰ ਕਾਪੀ ਕਰਨਾ ਅੱਛਾ ਜੀ ਔਰ ਸਾਰੇ ਅਸੀਂ ਇੰਨਾ ਫਨ ਕਰਦੇ ਸੀ ਉਹ ਸਿਰਫ ਉਸੇ ਬੰਦੇ ਤੇ ਸਟੇਜ ਸਾਰੀ ਪਤਾ ਹੀ ਨਹੀਂ ਚੱਲਦਾ ਪ੍ਰੋਗਰਾਮ ਕਦੋਂ ਹੋ ਗਿਆ ਔਰ ਮੇਰੇ ਖਿਆਲ ਨਾਲ ਮੈਂ ਇੱਥੇ ਵੈਸੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਇਹ ਵੀ ਰੱਬ ਦਾ ਰੂਪ ਹੁੰਦਾ ਹੈ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਸਟੇਜ ਦੇ ਉੱਤੇ ਜੋ ਪਰਫਾਰਮੈਂਸ ਦਿੰਦੇ ਹੋ ਉਹੀ ਲੋਕੀ ਪਿਆਰ ਕਰਦੇ ਨੇ ਉਹ ਰੱਬ ਦੇ ਰੂਪ ਹੀ ਹੁੰਦੇ ਨੇ ਕਿ ਤੁਹਾਨੂੰ ਉੱਥੇ ਸਟੇਜ ਦੇ ਉੱਤੇ ਸਿੱਖਣ ਨੂੰ ਮਿਲ ਰਿਹਾ ਕਿ ਇਦਾਂ ਇਦਾਂ ਕਰੋ ਹਾਂ ਬਿਲਕੁਲ ਬਲੈਸਡ ਹੋਈ ਔਰ ਅਸੀਂ ਇੰਨੇ ਸਾਰੇ ਜਾਣੇ ਬੜੇ ਖੁਸ਼ ਹੁੰਦੇ ਹੁੰਦੇ ਸੀ ਵਾਹ ਜੀ ਉਹਨਾਂ ਨੇ ਕਹਿਣਾ ਮੈਜੀਸ਼ੀਅਨਸ ਕਹਿਣਾ ਮੈਮ ਤੁਸੀਂ ਬਹੁਤ ਕਾਪੀ ਮਾਰ ਲੈਂਦੇ ਆ ਪੂਰੀ ਇਹਨਾਂ ਦੀ ਮੈਂ ਕਿਹਾ ਇੰਨੇ ਫੈਨ ਆ ਵੀ ਜਿੱਥੇ ਮੈਂ ਜਾਂਦੀ ਉੱਥੇ ਹੀ ਪਹੁੰਚਦੇ ਆ ਔਰ ਵਾਕਈ ਗਰਮੀਆਂ ਦੇ ਵਿੱਚ ਕਿੰਨੇ ਔਖੇ ਹੁੰਦੇ ਆ ਮੇਲਿਆਂ ਦੇ ਸਾਨੂੰ ਔਖਾ ਲੱਗਦਾ ਇੰਨੀ ਆਡੀਅੰਸ ਦੇ ਵਿੱਚ ਪਰ ਉਹ ਇੱਕ ਐਸੀ ਸ਼ਖਸੀਅਤ ਸੀ ਹੁਣ ਨਹੀਂ ਕਦੀ ਦੇਖੇ ਮੈਂ ਮਤਲਬ ਟਾਈਮ ਹੋ ਗਿਆ ਰਾਈਟ ਜੀ ਰਾਈਟ ਤੇ ਬਟ ਹਰ ਸ਼ੋਅ ਤੇ ਪਹੁੰਚਦੇ ਸੀ ਕੀ ਬਾਤ ਵਾਹ ਜੀ ਵਾਹ ਪਰ ਕੁਲਵਿੰਦਰ ਜੀ ਤੇ ਗੁਰਲੇਸ਼ ਜੀ ਜਿਵੇਂ ਜਿਵੇਂ ਗਾਣੇ ਤੁਸੀਂ ਅੱਗੇ ਲੈ ਕੇ ਆਉਂਦੇ ਆ ਰਹੇ ਹੋ ਹਨਾ ਹਰ ਗਾਣਾ ਤੁਹਾਡਾ ਹਿੱਟ 'ਚ ਆ ਰਿਹਾ ਔਰ ਬਹੁਤ ਅੱਛਾ ਰਿਸਪੌਂਸ ਹੈ ਗਾਣਿਆਂ ਦਾ ਪਰ ਜਦੋਂ ਵੀ ਤੁਸੀਂ ਇੱਕ ਗਾਣਾ ਕਰਦੇ ਹੋ ਖਤਮ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਮਾਈਂਡ ਦੇ ਵਿੱਚ ਕੀ ਹੁੰਦਾ ਕਿ ਅਗਲਾ ਗਾਣਾ ਕਿਹੋ ਜਿਹਾ ਹੋਣਾ ਚਾਹੀਦਾ ਐਕਚੁਅਲੀ ਜਦੋਂ ਕੋਈ ਵੀ ਅਸੀਂ ਡਿਸੀਜਨ ਲੈਂਦੇ ਹਾਂ ਕੋਈ ਵੀ ਗਾਣਾ ਦੇਦੇ ਹਾਂ ਜਿਹੜਾ ਗਾਣਾ ਬਹੁਤ ਕਾਫੀ ਗਾਣੇ ਆ ਜਾਂਦੇ ਆ ਉਹਦੇ ਵਿੱਚੋਂ ਫਿਰ ਕੋਈ ਨਾ ਕੋਈ ਗਾਣਾ ਉਹ ਦੇਖੀਦਾ ਵੀ ਹੁਣ ਇਸ ਤੋਂ ਵੱਡਾ ਗਾਣਾ ਕਿਹੜਾ ਹੋ ਸਕਦਾ ਓਕੇ ਫਿਰ ਉਹ ਜੇ ਨਹੀਂ ਹੁੰਦਾ ਤਾਂ ਕਿਸੇ ਨੂੰ ਆਈਡੀਆ ਦੇ ਕੇ ਲਿਖਵਾਈਦਾ ਜਾਂ ਕੁਛ ਕਰੀਦਾ ਜਿਸ ਤਰ੍ਹਾਂ ਵੈਸੇ ਤਾਂ ਅਸੀਂ ਜਿੱਦਾਂ ਹੁਣ ਪਹਿਲਾਂ ਜਿੱਦਾਂ ਟੇਪ ਦੀ ਚੱਲਦੀ ਸੀ ਹੁਣ ਸਿੰਗਲ ਟਰੈਕ ਆ ਬਟ ਹੁਣ ਫਿਰ ਵੀ ਆਰਟਿਸਟ ਜਿਹੜੇ ਨਾ ਦੋ ਦੋ ਤਿੰਨ ਤਿੰਨ ਗਾਣੇ ਤਿਆਰ ਕਰਕੇ ਰੱਖਦੇ ਉਹ ਇੱਕ ਆਉਂਦਾ ਫਿਰ ਨਾਲ ਦੀ ਨਾਲ ਉਹਦਾ ਦੂਸਰਾ ਤੀਸਰਾ ਚੌਥਾ ਇੱਦਾਂ ਕਰਕੇ ਰੱਖਦੇ ਉਹ ਫਿਰ ਮਿਊਜ਼ਿਕ ਕਿਹਦਾ ਤੁਸੀਂ ਲੈਣਾ ਕਿਹਦਾ ਚੱਲ ਰਿਹਾ ਰਾਈਟ ਲਿਰਿਕਸ ਕਿਹਦੇ ਲੈਣੇ ਆ ਕਿਹਦੇ ਚੱਲ ਰਹੇ ਇਹ ਚੀਜ਼ਾਂ ਦੋ ਰਹਿ ਗਈਆਂ ਅੱਜ ਕੱਲ੍ਹ ਕੰਪਨੀ ਤਾਂ ਚਲੋ ਫਿਰ ਬਾਅਦ ਦੀ ਗੱਲ ਹੈ ਨਾ ਲਿਰਿਕਸ ਅਤੇ ਮਿਊਜ਼ਿਕ ਅੱਜ ਕੱਲ੍ਹ ਕਹਿੰਦੇ ਨਾ ਵੀ ਮੈਟਰ ਅਤੇ ਨਾਂ ਵਿਕਦਾ ਜੀ ਰਾਈਟ ਹੈ ਅਤੇ ਪਰ ਤੁਸੀਂ ਆਪਣੇ ਲਿਰਿਕਸ ਨਾਲ ਕਿੰਨੇ ਕੁ ਜੁੜੇ ਰਹਿੰਦੇ ਹੋ ਕਿਉਂਕਿ ਵਾਰ ਕੀ ਹੁੰਦਾ ਕਿ ਕਿਉਂਕਿ ਵਾਰ ਲਿਰਿਕਸ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਹੈ ਨਾ ਪਰ ਬਿਲਕੁਲ ਅਸੀਂ ਇਸ ਮਾਮਲੇ 'ਚ ਅਸੀਂ ਬਹੁਤ ਅਸੀਂ ਪਿੱਕੀ ਹਾਂ ਚੂਜ਼ੀ ਹਾਂ ਅਸੀਂ ਕਿ ਜਿਹੜੀ ਚੀਜ਼ ਆਪਣੇ ਦਿਲ ਨੂੰ ਨਹੀਂ ਲੱਗਦੀ ਫਿਰ ਉਹ ਸੁਣਾਈ ਦੀ ਹੈ ਫਿਰ ਆਪਣੇ ਟੀਮ ਦੇ ਵਿੱਚ ਸੁਣਾਈ ਦੀ ਹੈ ਵੀ ਤੁਹਾਨੂੰ ਕਿੱਦਾਂ ਲੱਗਦੀ ਹੈ ਜਿੱਦਾਂ ਆਪਣਾ ਕੋਈ ਖਾਸ ਹੋ ਗਿਆ ਵੀ ਕਿੱਦਾਂ ਲੱਗਦੀ ਹੈ ਐਜ਼ ਅ ਆਡੀਅੰਸ ਫਿਰ ਜੇ ਕਹਿਣਗੇ ਕਿ ਹਾਂ ਇਹ ਠੀਕ ਲੱਗਦਾ ਫਿਰ ਆਪਾਂ ਉਹ ਰਿਕਾਰਡ ਕਰੀਦਾ ਪਰ ਇਹ ਜਿਵੇਂ ਜਿਵੇਂ ਦੌਰ ਚੇਂਜ ਹੁੰਦਾ ਜਾ ਰਿਹਾ ਤੇ ਜਿਹੜੀ ਜੋੜੀ ਹੁੰਦੀ ਨਾ ਉਹਨੂੰ ਵੀ ਫਰੈਸ਼ ਰੱਖਣਾ ਪੈਂਦਾ ਬਿਲਕੁਲ ਬਿਲਕੁਲ ਬਹੁਤ ਸਾਲ ਹੋ ਜਾਂਦੇ ਨੇ ਫਿਰ ਮਿਊਜ਼ਿਕ ਵੀ ਬਦਲਦਾ ਗੀਤ ਵੀ ਬਦਲਦੇ ਨੇ ਜੋੜੀ ਵੀ ਫਰੈਸ਼ ਹੋਣੀ ਚਾਹੀਦੀ ਹੈ ਸੋ ਉਸ ਚੀਜ਼ ਦੇ ਲਈ ਜਾਂ ਉਹ ਮੂਮੈਂਟ ਤੁਹਾਡੇ ਲਈ ਕਿੰਨਾ ਚੈਲੰਜਿੰਗ ਹੁੰਦਾ ਤੇ ਉਸ ਨੂੰ ਫਿਰ ਰਿਫਰੈਸ਼ ਕਰਨ ਲਈ ਕਿਸ ਤਰ੍ਹਾਂ ਕੀ ਐਫਰਟਸ ਕਰਦੇ ਹੋ ਜੋ ਦੌਰ ਚੱਲ ਰਿਹਾ ਜੇ ਉਹਦੇ ਤੋਂ ਕੁਝ ਹਟ ਕੇ ਕਰਾਂਗੇ ਤੇ ਕੁਝ ਨਵਾਂ ਲੈ ਕੇ ਆਵਾਂਗੇ ਤਾਂ ਹੀ ਅਗਲਾ ਕਹੂਗਾ ਕਿ ਹਾਂ ਜੀ ਕੁਝ ਨਵਾਂ ਵੀ ਕੀਤਾ ਨਹੀਂ ਤਾਂ ਫਿਰ ਉਸੇ ਗਿਣਤੀ ਦੇ ਵਿੱਚ ਕਿ ਯਾਰ ਉਹ ਜੋ ਉਹੀ ਸੀਗਾ ਬਸ ਉਹੀ ਚੱਲਦਾ ਆ ਰਿਹਾ ਛੱਡੋ ਕੁਝ ਹੋਰ ਦੇਖਦੇ ਆ ਫਿਰ ਇਦਾਂ ਆਡੀਅੰਸ ਦਾ ਟੇਸਟ ਦੇਖ ਕੇ ਚੱਲਣਾ ਪੈਂਦਾ ਖਾਣੇ ਵਾਲੀ ਗੱਲ ਆ ਵੀ ਜਦੋਂ ਆਪਾਂ ਜੇ ਰੋਜ਼ ਦਾਲ ਖਾਈ ਜਾਵਾਂਗੇ ਤਾਂ ਮਜ਼ਾ ਨਹੀਂ ਆਉਂਦਾ ਕਿਤੇ ਕਿਤੇ ਚਿਕਨ ਕਿਤੇ ਕਿਤੇ ਬੱਕਰਾ ਮੈਂ ਆਪਣੇ ਤੇ ਗੱਲ ਕਰਦੀ ਆ ਕਿ ਜਿੱਦਾਂ 17 ਸਾਲ ਪਹਿਲਾਂ ਮੈਂ ਸ਼ੋਜ਼ ਲਾਉਂਦੀ ਸੀ ਉਦਾਂ ਹੀ ਮੈਂ ਹੁਣ ਲਾਉਂਦੀ ਆ ਬੇਸ਼ੱਕ ਅਸੀਂ ਹੁਣ ਡੋਇਟ ਵੀ ਲਾਉਂਦੇ ਆ ਮੈਂ ਸੋਲੋ ਵੀ ਕਰਦੀ ਰਹੀ ਕੰਮ ਇਹ ਵੀ ਸੋਲੋ ਕਰਦੇ ਰਹੇ ਆ ਡੋਇਟ ਦੇ ਵਿੱਚ ਆ ਕੇ ਵੀ ਅਸੀਂ ਇਕੱਠੇ ਵੀ ਪਰਫਾਰਮ ਕਰਦੇ ਆ ਇਹ ਵੀ ਸਟੇਜ ਤੇ ਟੇਸਟ ਮਿਲਦਾ ਆਡੀਅੰਸ ਨੂੰ ਕਿ ਅਸੀਂ ਸੋਲੋ ਵੀ ਪਰਫਾਰਮ ਕਰਦੇ ਆ ਸੋਲੋ ਵੀ ਅਸੀਂ ਵੀ ਮੈਂ ਵੀ ਗਾ ਲੈਣਾ ਵੀ ਗਾ ਲੈਂਦੇ ਡਿਊਟ ਵੀ ਗਾ ਲੈਂਦੇ ਇਹ ਵੀ ਇੱਕ ਵੈਰਾਈਟੀ ਹੁੰਦੀ ਹੈ ਹੈਨਾ ਆਮ ਤੌਰ ਤੇ ਕੀ ਹੁੰਦਾ ਜੇ ਕਿ ਸੋਲੋ ਆਰਟਿਸਟ ਆ ਤਾਂ ਉਹਨੇ ਸੋਲੋ ਹੀ ਪਰਫਾਰਮ ਕਰਨਾ ਜੇ ਕੋਈ ਡੋਇਟ ਆ ਤਾਂ ਡੋਇਟ ਹੀ ਪਰਫਾਰਮ ਕਰਦਾ ਤੇ ਸਾਡੇ ਵਿੱਚ ਇਹ ਚਲੋ ਮਾਲਕ ਦੀ ਇੰਨੀ ਕੁ ਰਹਿਮਤ ਹੈਗੀ ਆ ਕਿ ਅਸੀਂ ਦੋਨੋਂ ਚੀਜ਼ਾਂ ਆਡੀਅੰਸ ਨੂੰ ਦੇ ਸਕਦੇ ਵਾਹ ਜੀ ਵਾਹ ਕੀ ਬਾਤ ਆਲਰਾਊਂਡਰ ਨੇ ਹੈ ਜੇ ਰਸੋਈ ਦੀ ਹੁਣ ਮੈਂ ਜੇ ਗੱਲ ਕਰਾਂ ਘਰੇ ਜਾ ਕੇ ਕਿਉਂਕਿ ਦੇਖੋ ਤੁਸੀਂ ਪ੍ਰੋਫੈਸ਼ਨ ਇਜ਼ ਟੋਟਲੀ ਡਿਫਰੈਂਟ ਪਰਸਨਲ ਲਾਈਫ ਬਿਲਕੁਲ ਡਿਫਰੈਂਟ ਆ ਸੋ ਹੁਣ ਸ਼ੋਜ਼ ਵੀ ਨੇ ਗਾਣੇ ਵੀ ਨੇ ਟੀਮ ਵੀ ਹੈ ਪਲੈਨਿੰਗ ਵੀ ਹੈ ਪਰ ਉਸ ਦੇ ਨਾਲ ਫਿਰ ਤੁਸੀਂ ਆਪਣੇ ਘਰ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ ਜਾਂ ਉਹ ਚੀਜ਼ ਸਾਈਡ ਬਾਈ ਸਾਈਡ ਕਿਸ ਤਰ੍ਹਾਂ ਚਲਾਉਂਦੇ ਹੋ ਅਸੀਂ ਦੋਨੋਂ ਮੇਰੀ ਹੈਲਪ ਪੂਰੀ ਕਰਦੇ ਨੇ ਹੈਲਪਫੁਲ ਆ ਪੂਰੇ ਅੱਛਾ ਜੀ ਘਰ ਦਾ ਵੀ ਪੂਰਾ ਖਿਆਲ ਰੱਖਦੇ ਆ ਕਿਚਨ 'ਚ ਵੀ ਮਤਲਬ ਆਪ ਕੰਮ ਕਰਨਾ ਪਸੰਦ ਆ ਬੇਸ਼ੱਕ ਛੋਟੂ ਹੈ ਘਰ ਦੇ ਵਿੱਚ ਬਟ ਖਾਣਾ ਜਿਹੜਾ ਮੈਂ ਆਪ ਹੀ ਪਸੰਦ ਕਰਦੀ ਹਾਂ ਵਾਹ ਜੀ ਹਾਂਜੀ ਤੇ ਥੋੜ੍ਹੇ ਦਿਨਾਂ ਬਾਅਦ ਜਦੋਂ ਘਰੇ ਹੋਈਦਾ ਫਿਰ ਮੌਕਾ ਮਿਲਦਾ ਫਿਰ ਸਾਰੀ ਏ ਟੂ ਜ਼ੈਡ ਘਰ ਦਾ ਦੇਖਣਾ ਕਿ ਕਿੱਥੇ ਕੀ ਗਲਤ ਕੀਤਾ ਹੋਇਆ ਫਿਰ ਛੋਟੂ ਦੀ ਕਲਾਸ ਲੈਣੀ ਆ ਕਿਉਂਕਿ ਹਰ 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 ਆਪਸ ਇੱਕ ਦੂਜੇ ਦੀ ਕਲਾਸ ਲੈਂਦੀ ਹੈ ਮਤਲਬ ਇਹ ਨਹੀਂ ਹੈਗਾ ਕਿ ਜੇ ਘਰ 'ਚ ਨਹੀਂ ਹੈਗੇ ਜਾਂ ਆਪਣੇ ਕੰਮ ਦੇ ਵਿੱਚ ਬਿਜ਼ੀ ਆ ਤੇ ਘਰ 'ਚ ਧਿਆਨ ਨਹੀਂ ਹੈਗਾ ਨਹੀਂ ਇਦਾਂ ਨਹੀਂ ਪਰ ਆਪਸ 'ਚ ਕਦੀ ਇੱਕ ਦੂਜੇ ਦੀ ਕਲਾਸ ਲੈਤੀ ਹੈਗੀ ਆ ਆ ਕੀ ਕੀਤਾ ਆ ਕੀ ਕੀਤਾ ਕਦੀ ਹੋ ਜਾਂਦਾ ਕਿਵੇਂ ਹੋ ਜਾਂਦਾ ਅੱਛਾ ਅੱਛਾ ਤੇ ਕਦੀ ਲੜਦੇ ਨਹੀਂ ਅਸੀਂ ਅੱਛਾ ਲੜਦੇ ਨਹੀਂ ਕਦੀ ਵੀ ਲੜਾਈ ਨਹੀਂ ਹੋਈ ਟੱਚ ਵਿੱਚ ਬਟ ਕਿ ਉਹਨੂੰ ਅਸੀਂ ਇਹ ਕਰੀਦਾ ਵੀ ਯਾਰ ਆ ਪ੍ਰੋਬਲਮ ਜਿਹੜੀ ਆ ਇਹਨੂੰ ਹੋਣੀ ਨਹੀਂ ਚਾਹੀਦੀ ਨੈਕਸਟ ਟਾਈਮ ਇਹਨੂੰ ਸੌਟ ਆਊਟ ਕਰੋ ਤੇ
ਚੰਗਾ ਲੱਗਦਾ ਤੇ ਵਧੀਆ ਮੈਨੂੰ ਫਿਰ ਇੰਨਾ ਮੈਨੂੰ ਇਹ ਨਹੀਂ ਹੁੰਦਾ ਕੋਈ ਆਵੇ ਤੇ ਵਧੀਆ ਵਧੀਆ ਖਾਣੇ ਬਣਾਈਏ ਤੇ ਉਹ ਫਿਰ ਉਹਨੂੰ ਖਵਾਈਏ ਮੈਨੂੰ ਆਪ ਨੂੰ ਖਾਣ ਨੂੰ ਨਹੀਂ ਹੁੰਦਾ ਜਿੰਨਾ ਮੈਂ ਅਗਲੇ ਬੰਦੇ ਨੂੰ ਬਿਲਕੁਲ ਤੇ ਫਿਰ ਜਦੋਂ ਕਹਿਣਗੇ ਨਾ ਵੀ ਅਸੀਂ ਟ੍ਰੀਟ ਕੀ ਦੇ ਰਹੇ ਹਾਂ ਜੀ ਖੁਸ਼ੀ ਦਾ ਮਾਹੌਲ ਬਣ ਜਾਣਾ ਸੀ ਵੇ ਜੰਗ ਦਾ ਦੱਸ ਕੀ ਤੂੰ ਕਰੇਗਾ ਵੇ ਟੋਟਾ ਮੇਰੀ ਵੰਗ ਦਾ ਦੱਸ ਕੀ ਤੂੰ ਕਰੇਗਾ ਵੇ ਟੋਟਾ ਮੇਰੀ ਵੰਗ ਦਾ ਓ ਰੱਬ ਨੇ ਹੈ ਕੀਤੀ ਮਿਹਰਬਾਨੀ ਬੱਲੀਏ ਤੂੰ ਵੀ ਕਿਹੜਾ ਦੇਣੀ ਸੀ ਨਿਸ਼ਾਨੀ ਬੱਲੀਏ ਪੂਰਾ ਹੋ ਗਿਆ ਸੀ ਸਾਲ ਪੂਰਾ ਹੋ ਗਿਆ ਸੀ ਸਾਲ ਨੀ ਮੈਂ ਤੇਰੇ ਕੋਲੋਂ ਮੰਗਦਾ ਸਾਂਭ ਸਾਂਭ ਰੱਖੂੰਗਾ ਮੈਂ ਟੋਟਾ ਤੇਰੀ ਵੰਗਦਾ ਨੀ ਸਾਂਭ ਸਾਂਭ ਰੱਖੂੰਗਾ ਮੈਂ ਟੋਟਾ ਤੇਰੀ ਵੰਗਦਾ ਇਸੇ ਤਰ੍ਹਾਂ ਇਹ ਮਸਤੀ ਭਰਿਆ ਮਾਹੌਲ ਬਣਿਆ ਰਹੇਗਾ ਵਿਹਲਾ ਹੋ ਗਿਆ ਜੀ ਬ੍ਰੇਕ ਦਾ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਕੁਲਵਿੰਦਰ ਭਾਅ ਜੀ ਅਤੇ ਗੁਰਲੇਸ਼ ਜੀ ਦੇ ਨਾਲ ਗੁਰਲੇਸ਼ ਜੀ ਤੁਸੀਂ ਬਹੁਤ ਸਾਰੇ ਗਾਣੇ ਗਾਏ ਨੇ ਪੰਜਾਬੀ ਫਿਲਮਾਂ ਦੇ ਵਿੱਚ ਆਪਾਂ ਵੈਸੇ ਸੋਲੋ ਜਾਂ ਡੂਇਟ ਐਲਬਮ ਦੀ ਆਪਾਂ ਗੱਲ ਕਰ ਚੁੱਕੇ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬਹੁਤ ਸਾਰੇ ਗਾਣੇ ਤੁਸੀਂ ਗਾ ਚੁੱਕੇ ਰਾਈਟ ਪਰ ਜੇ ਜੋੜੀ ਦੀ ਮੈਂ ਗੱਲ ਕਰਾਂ ਤਾਂ ਜੋੜੀ ਦਾ ਕੋਈ ਗਾਣਾ ਆ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਫਿਰ ਪਿੱਛੇ ਕੋਈ ਇਹੋ ਜਿਹਾ ਰਿਹਾ ਹੋਵੇ ਗੀਤ ਕਿ ਥੋੜਾ ਰਿਕਾਰਡ ਹੋ ਗਿਆ ਉਹ ਫਿਲਮਾਂ 'ਚ ਨਹੀਂ ਆਇਆ? ਹਾਂਜੀ ਬਿਲਕੁਲ ਅਸੀਂ ਰਿਕਾਰਡ ਕੀਤੇ ਨੇ, ਆ ਵੀ ਰਹੇ ਨੇ, ਦੋਨਾਂ ਦੇ ਵੀ ਆ ਰਹੇ ਆ, ਬਹੁਤ ਜਲਦੀ ਮੂਵੀ ਆ ਰਹੀ ਆ। ਅੱਛਾ ਜੀ। ਔਰ ਬਹੁਤ ਅੱਛਾ ਮੈਸੇਜ ਵੀ ਹੈ। ਓਕੇ। ਔਰ ਉਹਦੇ ਵਿੱਚ ਸਾਡਾ ਦੋਨਾਂ ਦਾ ਡੂਇਟ। ਸੋ ਉਹ ਮੂਵੀ ਦੇ ਬਾਰੇ ਥੋੜਾ ਜਿਹਾ ਦੱਸੋਗੇ? ਨਹੀਂ, ਉਹ ਨਹੀਂ ਦੱਸੂਗੀ। ਤੇ ਪੰਜਾਬੀ ਆ ਜਾਂ ਪੰਜਾਬੀ? ਹੈ ਪੰਜਾਬੀ। ਅੱਛਾ, ਉਸ ਦੇ ਬਾਰੇ ਹਲੇ ਨਹੀਂ ਦੱਸੂਗੇ, ਉਸ ਦੇ ਡੂਇਟ ਸੌਂਗ ਤੁਸੀਂ? ਹਾਂਜੀ ਹਾਂਜੀ। ਓਕੇ। ਪਰ ਜੇ ਮੈਂ ਸੋਲੋ ਦੀ ਗੱਲ ਕਰਾਂ ਫਿਲਮਾਂ ਦੀ ਤੇ ਅੱਗੇ ਆ ਰਹੇ ਨੇ ਸੋਲੋ ਦੇ ਵਿੱਚ ਵੀ? ਹਾਂਜੀ, ਬਹੁਤ ਸਾਰੇ ਆ ਰਹੇ ਨੇ। ਮਤਲਬ ਇਹ ਹੋ ਚੁੱਕਿਆ ਕਿ ਜੇ ਪੰਜਾਬੀ ਮੂਵੀ ਦੇ ਵਿੱਚ ਗੁਰਲੇਸ਼ ਜੀ ਦਾ ਗਾਣਾ ਨਹੀਂ ਆਉਣਾ ਤਾਂ ਫਿਰ ਕੰਮ ਖਰਾਬ ਹੈ, ਹੈ ਇਹ ਤੁਸੀਂ ਛਾਪ ਛੱਡ ਚੁੱਕੇ ਹੋ। ਮਾਲਕ ਇੱਦਾਂ ਹੀ ਰਹਿਮਤ ਰੱਖੇ ਬਸ। ਅੱਗੇ ਫਿਊਚਰ ਪ੍ਰੋਜੈਕਟਸ ਕੀ ਨੇ ਤੁਹਾਡੇ, ਕੀ ਹੋਰ ਨਵਾਂ ਕੁਝ ਲੈ ਕੇ ਆ ਰਹੇ ਹੋ ਤੁਸੀਂ? ਸਾਡੇ ਟਰੈਕਸ ਵੀ ਰੈਡੀ ਨੇ। ਓਕੇ। ਸਿੰਗਲ। ਓਕੇ। ਤੇ 1 ਬਾਈ 1 ਵੀ ਰੈਡੀ ਹੈ, ਡੂਇਟ ਵੀ, ਸੋਲੋ ਵੀ। ਓਕੇ। ਤੇ ਬਾਕੀ ਫਿਲਮਾਂ ਦੇ ਵਿੱਚ ਵੀ ਹੈਗੇ ਆ, ਬਾਲੀਵੁੱਡ ਦੇ ਵਿੱਚ ਵੀ ਹੈ, ਕੈਂਟਰੀ ਪਾਈ ਹੈ। ਅੱਛਾ, ਬਾਲੀਵੁੱਡ ਦੇ ਵਿੱਚ ਵੀ? ਹਾਂ, ਵੈਰੀ ਨਾਈਸ, ਗ੍ਰੇਟ ਜੀ, ਗ੍ਰੇਟ। ਪਰ ਸ਼ੋਜ਼ ਦੀ ਜੇ ਆਪਾਂ ਗੱਲ ਕਰੀਏ ਤਾਂ ਵਰਲਡ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਸ਼ੋਜ਼ ਲਾ ਚੁੱਕੇ ਹੋ ਤੇ ਥੋੜਾ ਜਿਹਾ ਪੂਰੀ ਆਪਣੀ ਜਰਨੀ ਦੇ ਬਾਰੇ ਸਾਨੂੰ ਦੱਸੋ। ਅਮਰੀਕਾ। ਓਕੇ। ਕੈਨੇਡਾ। ਓਕੇ। ਇੰਗਲੈਂਡ। ਮਸਕਟ। ਹੁਣ ਆਸਟ੍ਰੇਲੀਆ ਜਾਣਾ ਬਾਕੀ ਹੈ ਬਸ, ਹੋਰ ਸਾਰੇ ਕਿਤੇ ਹੈਗੇ ਨੇ, ਕੋਈ ਦੇਖ ਰਹੇ ਨੇ ਪ੍ਰੋਮੋਟਰਸ ਆਸਟ੍ਰੇਲੀਆ ਦੇ? ਹਾਂ ਬਿਲਕੁਲ, ਦੱਸ ਦੋ ਤੁਸੀਂ, ਬੁਲਾ ਲੈਣ। ਵੈਸੇ ਗੱਲ ਹਰ ਵਾਰ ਹੁੰਦੀ ਹੈ, ਜਾਣਕਾਰੀ ਨਹੀਂ ਹੈ ਮਿਲੋ, ਹਰ ਵਾਰੀ ਗੱਲਬਾਤ ਹੁੰਦੀ ਹੈ, ਬਟ ਆਈ ਡੋਨਟ ਨੋ, ਸਿਰੇ ਨਹੀਂ ਚੜਦੀ। ਕੋਈ ਗੱਲ ਨਹੀਂ, ਬੰਦੇ ਨੂੰ ਹਮੇਸ਼ਾ ਟ੍ਰੈਕ ਦਾ ਪਾਣੀ ਜਦੋਂ ਲਿਖਿਆ ਜਾਏਗਾ ਆਪਣੇ ਆਪ, ਜਦੋਂ ਟ੍ਰੈਕ ਤੋਂ ਚੱਲਦੇ ਜਾਣੇ ਆਪਣੇ ਆਪ ਚੀਜ਼ਾਂ ਹੋ ਜਾਣੀਆਂ, ਪਰਮਾਤਮਾ ਨੇ ਆਪਣੇ ਆਪ ਕਰ ਦੇਣੀ ਆ। ਜੋ ਕੁਝ ਹੋਇਆ ਕਿਹੜਾ ਸੋਚਿਆ ਸੀ ਪਰਮਾਤਮਾ ਨੂੰ, ਸਭ ਦਾ ਫਿਕਰ ਉਹਨੇ ਕਰ ਦੇ ਕਰਦੇ। ਸੋ ਹੁਣ ਤੱਕ ਦੇ ਪੂਰੇ ਸਫ਼ਰ ਦੇ ਬਾਰੇ ਜੇ ਇਨ ਸ਼ਾਰਟ ਮੈਂ ਕਹਿਣਾ ਚਾਹਾਂ ਤਾਂ ਕਿੰਨਾ ਕੁ ਲੱਕੀ ਤੁਸੀਂ ਦੋਨੋਂ ਆਪਣੇ ਆਪ ਨੂੰ ਫੀਲ ਕਰਦੇ ਹੋ ਤੇ ਇਸ ਚੀਜ਼ ਨੂੰ ਅੱਗੇ ਕੈਰੀ ਫਾਰਵਰਡ ਕਿਸ ਤਰ੍ਹਾਂ ਰੱਖੋਗੇ? ਮੈਂ ਤਾਂ ਇਹੀ ਕਹੂੰਗੀ ਕਿ ਇਕੱਲਾ ਤੇ ਇਕੱਲਾ ਹੀ ਹੁੰਦਾ, ਇੱਕ ਤੇ ਇੱਕ ਹੁਣ ਅਸੀਂ 11 ਹੋ ਗਏ ਹਾਂ, ਅਸੀਂ ਵਾਕਈ ਲੱਕੀ ਹਾਂ, ਇੱਕ ਦੂਜੇ ਨੂੰ ਸਪੋਰਟ ਵੀ ਕਰਦੇ, ਇੱਕ ਦੂਜੇ ਨੂੰ ਸਮਝਦੇ ਹਾਂ, ਹਰ ਗੱਲ ਦੇ ਵਿੱਚ ਅਸੀਂ ਸਾਥ ਦਿੰਦੇ ਹਾਂ, ਰਾਈਟ। ਤੇ ਮੇਨ ਤਾਂ ਇਹੀ ਹੁੰਦਾ ਕਿ ਜੇ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਨਹੀਂ ਹੈਗੀ, ਪਿਆਰ ਨਹੀਂ ਹੈਗਾ, ਤਾਂ ਫਿਰ ਬਾਹਰ ਦੇ ਕੰਮਾਂ 'ਚ ਬਰਕਤ ਆਪੇ ਨਹੀਂ ਪੈਂਦੀ। ਸੋ ਅਸੀਂ ਘਰੇ ਵੀ ਇੱਦਾਂ ਅਤੇ ਬਾਹਰ ਵੀ ਇੱਦਾਂ, ਅਤੇ ਬਾਕੀ ਪਰਮਾਤਮਾ ਮਿਹਰ ਕਰੇ ਸਾਰਾ ਕੁਛ ਵਧੀਆ ਹੀ ਹੋਏਗਾ। ਅਤੇ ਹਮੇਸ਼ਾ ਹਮੇਸ਼ਾ ਕਹਿੰਦੇ ਹੁੰਦੇ ਕਿ ਰੱਬ 'ਤੇ ਸਿੱਟਣੀ ਚਾਹੀਦੀ ਹੈ ਗੱਲ, ਕਿਉਂਕਿ ਉਹ ਸਭ ਲਈ ਅੱਛਾ ਹੀ ਕਰਦੇ ਆ। ਕਈ ਵਾਰੀ ਆਪਣੇ ਨਾਲ ਮਾੜਾ ਵੀ ਹੋ ਜਾਂਦਾ ਨਾ, ਤੇ ਉਹਦੇ ਵਿੱਚ ਵੀ ਕੁਛ ਅੱਛਾ ਹੀ ਹੁੰਦਾ, ਅੱਛਾ ਹੀ ਹੁੰਦਾ। ਪਰ ਤੁਹਾਡਾ ਜਿਹੜਾ ਕੰਮ ਹੈ, ਤੁਸੀਂ ਮਿਹਨਤ ਕਰਨੀ ਆਪਣੇ ਵੱਲੋਂ, ਤੁਸੀਂ, ਅਸੀਂ ਮਿਹਨਤ ਕਰ ਰਹੇ ਹਾਂ ਔਰ ਕਰਦੇ ਰਵਾਂਗੇ, ਵਾਹ ਜੀ, ਆਪਣੇ ਵੱਲੋਂ ਬੈਸਟ ਕਰਦੇ ਰਹੋ ਹਮੇਸ਼ਾ। ਬੰਦੇ ਨੂੰ ਉਹ ਕਹਿੰਦੇ ਹੁੰਦੇ ਨਾ, ਭਾਵੇਂ ਅਸੀਂ ਜਹਾਜ਼ ਲੈ ਲਈਏ, ਭਾਵੇਂ ਜੋ ਮਰਜ਼ੀ ਲੈ ਲਈਏ,
ਜਿਹੜੀ ਸਭ ਤੋਂ ਪਹਿਲਾਂ ਇੱਕ ਸਾਈਕਲ ਸਕੂਟਰ ਹੁੰਦਾ ਨਾ ਉਹਨੂੰ ਕਦੀ ਭੁੱਲਣਾ ਨਹੀਂ ਭੁੱਲਣਾ ਚਾਹੀਦਾ ਇਹ ਬਿਲਕੁਲ ਸਹੀ ਕਿਹਾ ਤੁਸੀਂ ਧਰਤੀ ਨਾਲ ਜੁੜੇ ਰਹੋ ਬਸ ਜਦੋਂ ਤੁਸੀਂ ਉਹਦੇ ਨਾਲ ਵੇਖੋਗੇ ਨਾ ਸਾਈਕਲ ਨਾਲ ਵੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਮੈਂ ਕਿੱਥੋਂ ਹਾਂ ਬਿਲਕੁਲ ਬਿਲਕੁਲ ਬਸ ਇਹ ਚੀਜ਼ਾਂ ਕੋਸ਼ਿਸ਼ ਕਰੀ ਦੀ ਅਸੀਂ ਕੀ ਬਾਤ ਹੈ ਵੀ ਇਹਨਾਂ ਚੀਜ਼ਾਂ ਨੂੰ ਇੱਥੇ ਰਹੀਏ ਤੇ ਫਿਰ ਮਾਲਕ ਸਾਨੂੰ ਬਹੁਤ ਚੰਗੀ ਗੱਲ ਹੈ ਪਰ ਹੁਣ ਡੂਇਟ ਸੌਂਗ ਦੇ ਵਿੱਚ ਜੋੜੀ ਕਿਹੜੀ ਹੈ ਤੁਹਾਡੀ ਆਈਡਲ ਵਕੀਲਾ ਜੀ ਤੇ ਦਿਦਾਰ ਸੰਧੂ ਜੀ ਓਕੇ ਤੇ ਕੇਦੀਪ ਜਗਮੋਹਨ ਬਟ ਇਹ ਕਿ ਅਸੀਂ ਜ਼ਿਆਦਾਤਰ ਮਤਲਬ ਇਹਨਾਂ ਨੂੰ ਗਾਣੇ ਵੀ ਇਹਨਾਂ ਦੇ ਕੰਪੋਜੀਸ਼ਨਸ ਵੀ ਇਹਨਾਂ ਦੀਆਂ ਚੂਜ਼ ਕਰਦੇ ਹਾਂ ਕਿ ਆਹ ਕੰਪੋਜੀਸ਼ਨ ਤੇ ਗਾਣਾ ਗਾਈਏ ਜਿੱਦਾਂ ਸਾਡਾ ਸਾਥ ਐਲਬਮ ਦਾ ਟਾਈਟਲ ਹੀ ਸੀਗਾ ਉਹ ਚਮਕੀਲਾ ਜੀ ਦੀ ਕੰਪੋਜੀਸ਼ਨ ਸੀਗੀ ਹਾਂਜੀ ਤੇ ਰਮਲਾ ਸਾਹਿਬ ਦਾ ਵੀ ਮੈਂ ਪਰਸਨਲੀ ਡੂਇਟ ਜਦੋਂ ਹਰਜੀਤ ਸਿੱਧੂ ਦੇ ਨਾਲ ਕੀਤਾ ਸੀਗਾ ਕੱਟ ਤੱਕ ਫੋਨ ਸੋਹਣੀਏ ਕੀਤੀ ਨਾ ਗੱਲ ਕੁੜੇ ਉਹ ਰਮਲਾ ਸਾਹਿਬ ਦੀ ਕੰਪੋਜੀਸ਼ਨ ਸੀਗੀ ਉਹ ਵੀ ਕੰਪੀਟੀਸ਼ਨ ਤਾਂ ਆਲਵੇਜ਼ ਅੱਛੀਆਂ ਹੀ ਕਰਦੇ ਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪੁਰਾਣੇ ਆਰਟਿਸਟ ਜਿੰਨੇ ਵੀ ਆ ਐਵੇਂ ਥੋੜੀ ਆਪਾਂ ਲੈਜੈਂਡ ਕਹਿੰਦੇ ਆ ਕੋਈ ਨਾ ਕੋਈ ਗੱਲਬਾਤ ਤੇ ਹੁੰਦੀ ਆ ਦੇਖੋ ਕੰਮ ਹਰ ਕੋਈ ਕਰਦਾ ਪਰ ਲੈਜੈਂਡਸ ਜੋ ਕੰਮ ਕਰਦੇ ਨੇ ਵੱਖਰੇ ਉਹ ਵੱਖਰਾ ਹੀ ਹੁੰਦੇ ਬਿਲਕੁਲ ਬਿਲਕੁਲ ਐਗਜ਼ਾਮਪਲ ਸੈੱਟ ਕਰ ਜਾਂਦੇ ਫਿਰ ਉਹ ਫੋਲੋ ਕਰਦੀ ਦੁਨੀਆ ਲਓ ਜੀ ਫਿਰ ਆਪਾਂ ਹੁਣ ਐਂਡ ਕਰਦੇ ਤੁਹਾਡੇ ਗੀਤ ਨਾਲ ਸੁਣਾ ਦਿਓ ਕੋਈ ਗੀਤ ਸਾਥ ਹੀ ਸੁਣਾ ਦਈਏ ਹਾਂਜੀ ਬਿਲਕੁਲ ਸਿਰ ਨੀਵਾ ਹੋ ਜੂ ਮੇਰਾ ਨੀ ਕੋਈ ਬੋਲ ਥਰਕ ਗਿਆ ਤੇਰਾ ਨੀ ਸੁਣ ਤੇਰੇ ਮੇਰੇ ਪਿਆਰ ਬਾਰੇ ਹੁਣ ਜਾਣੇ ਚਾਰ ਚੁਫੇਰਾ ਤੈਨੂੰ ਆਪਣੀ ਬਣਾਉਣ ਲਿਹਾਣ ਦੀਏ ਨੀ ਮੈਨੂੰ ਸਾਥ ਚਾਹੀਦਾ ਹੈ ਤੇਰਾ ਆਪਣੀ ਬਣਾਉਣ ਲਿਹਾਣ ਦੀਏ ਨੀ ਮੈਨੂੰ ਸਾਥ ਚਾਹੀਦਾ ਹੈ ਤੇਰਾ ਤੇਰੇ ਪਿਆਰ ਦਾ ਮੁੱਲ ਮੈਂ ਪਾ ਦੂੰਗੀ ਸਾਰੇ ਜੱਗ ਨੂੰ ਚੁੱਪ ਕਰਾ ਦੂੰਗੀ ਪਿਆਰ ਦਾ ਮੁੱਲ ਮੈਂ ਪਾ ਦੂੰਗੀ ਜੱਗ ਨੂੰ ਚੁੱਪ ਕਰਾ ਦੂੰਗੀ ਤੂੰ ਕਹਿੰਦਾ ਏ ਮੈਂ ਡੋਲ ਜਾਊਂ ਵੇਖ ਲਈ ਜੱਟੀ ਦੀ ਦਲੇਰੀ ਇੱਕ ਤਾਣ ਕੇ ਖੜ ਜੂ ਨਾਲ ਤੇਰੇ ਨਹੀਂ ਲੱਗਣ ਦਿੰਦੀ ਪਿੱਠ ਤੇਰੀ ਇੱਕ ਤਾਣ ਕੇ ਖੜ ਜੂ ਨਾਲ ਤੇਰੇ ਨਹੀਂ ਲੱਗਣ ਦਿੰਦੀ ਪਿੱਠ ਤੇਰੀ ਵਾਹ ਜੀ ਵਾਹ ਜ਼ੋਰਦਾਰ ਤਾੜੀਆਂ ਇੱਕ ਵਾਰੀ ਦੱਸਣਾ ਚਾਹੂੰਗੀ ਜੀ ਇਹ ਅਸੀਂ ਰਸਤੇ 'ਚ ਜਾਂਦੇ ਜਾਂਦੇ ਗੀਤ ਬਣਾਇਆ ਸੀ ਪਿੰਦਾ ਬਾਵਾ ਖੇਲ ਰਾਈਟਰ ਆ ਸਾਡੇ ਨਾਲ ਹੀ ਹਮੇਸ਼ਾ ਛੋਟਾ ਜਿਹਾ ਹੁੰਦਾ ਹੀ ਸਾਡੇ ਨਾਲ ਹੀ ਜੁੜਿਆ ਔਰ ਉਹਨੇ ਜਾਂਦੇ ਜਾਂਦੇ ਹੀ ਇਹ ਗੀਤ ਬਣਾਇਆ ਸੀ ਤੇ ਦੇਖੋ ਇਹ ਗੀਤ ਬਣਿਆ ਮੈਂ ਕਹਿੰਦੀ ਹਾਂ 15-20 ਮਿੰਟਾਂ ਦੇ ਵਿੱਚ ਗੀਤ ਬਣ ਗਿਆ ਵਾਹ ਜੀ ਔਰ ਵਾਕਈ ਬੜੀ ਸੋਹਣੀ ਕੰਪੋਜੀਸ਼ਨ ਹੈ ਯਾਰ ਇਸ ਗੀਤ ਨੂੰ ਮਿਲੇ ਬਹੁਤ ਜ਼ਿਆਦਾ ਜਿੱਥੇ ਜਾਂਦੇ ਆ ਹਰ ਵਾਰੀ ਬਹੁਤ ਬਹੁਤ ਜ਼ਿਆਦਾ ਸਾਰੇ ਪਿਆਰ ਕਰਦੇ ਆ ਔਰ ਕੰਪੋਜੀਸ਼ਨ ਐਸੀ ਚੂਜ਼ ਹੋਈ ਮੈਂ ਕੰਪੋਜੀਸ਼ਨ ਵਾਕਈ ਬਹੁਤ ਖੂਬਸੂਰਤ ਮੈਂ ਕਿਹਾ ਪਿੰਦੇ ਇਹਦੇ ਤੇ ਕੁਝ ਲਿਖੀਏ ਕਹਿੰਦਾ ਚਲੋ ਟਰਾਈ ਕਰਦੇ ਆ ਇੰਨਾ ਅੱਛਾ ਬਣ ਗਿਆ ਠੀਕ ਹੈ ਜੀ ਠੀਕ ਹੈ ਸੋ ਵਾਕਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬੜਾ ਮਜ਼ਾ ਆਇਆ ਤੁਸੀਂ ਆਪਣੀ ਲਾਈਫ ਦੇ ਬਾਰੇ ਸਾਨੂੰ ਦੱਸਿਆ ਔਰ ਇਸ ਚੀਜ਼ਾਂ ਬਹੁਤ ਜ਼ਰੂਰੀ ਸੀਗੀਆਂ ਲੋਕਾਂ ਤੱਕ ਪਹੁੰਚਣੀਆਂ ਠੀਕ ਹੈ ਜੀ ਅਸੀਂ ਵੀ ਲੱਕੀ ਆ ਪੀਟੀਸੀ ਸ਼ੋਕੇਸ ਜਿਹੜਾ ਕਿ ਸਾਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਸ਼ੋ ਤੇ ਇਹਦੇ ਵਿੱਚ ਸਾਨੂੰ ਵੀ ਅੱਜ ਹਿੱਸਾ ਬਣਾਇਆ ਤੁਸੀਂ ਤੇ ਪੀਟੀਸੀ ਦੀ ਸਾਰੀ ਟੀਮ ਦਾ ਥੈਂਕਸ ਕਰਦੇ ਆ ਸਾਰੀ ਟੀਮ ਦਾ ਥੈਂਕ ਯੂ ਪੀਟੀਸੀ ਨੈਟਵਰਕ ਥੈਂਕ ਯੂ ਸੋ ਮਚ ਥੈਂਕ ਯੂ ਸਾਹਿਲ ਜੀ ਥੈਂਕ ਯੂ ਸੋ ਮਚ